ਫਿਰ ਰਿਹਾ ਵੀ ਜਿੱਥੇ ਚਾਹਿਆ ਜਦ ਵੀ ਚਾਹਿਆ ਵਰਤ ਲਿਆ ਤੂੰ ਸੱਜਣਾ ਤੇ ਮਤਲਬ ਕੱਢ ਕੇ ਮੁੱਕ ਸਾਡੇ ਤੋਂ ਪਰਤ ਲਿਆ ਤੂੰ ਸੱਜਣਾ ਗੁੱਡੀ ਤੇਰੀ ਚੜ ਗਈ ਅੰਬਰਾਂ ਤੇ ਗੈਰ ਤੇਰੀ ਤੋੜ ਹੋ ਗਏ ਨੇ ਨਜ਼ਰ ਤਾਂ ਉਹੀਓ ਆ ਤੇਰੀ ਨਜ਼ਰੀਏ ਹੋਰ ਹੋ ਗਏ ਨੇ ਨਜ਼ਰ ਤਾਂ ਉਹੀਓ ਆ ਤੇਰੀ ਨਜ਼ਰੀਏ ਹੋਰ ਹੋ ਗਿਆ ਇੱਧਰ ਕਹਿੰਦੇ ਸੈਂਟਰ ਚ ਬਹਾਦਰ ਗੜੀਆ ਰਵੀਆ ਤੇ ਉੱਧਰ ਕਹਿੰਦੇ ਸੁੱਖਣ ਵਾਲੇ ਪਿੰਡ ਦਾ ਸੋਨਾ ਪੁੱਛਿਆ ਹੋਇਆ ਮੇਰੇ ਮਿੱਤਰੋ ਵੱਡੀ ਦਹਿਸ਼ਤ ਆ ਮੁੰਡਿਆਂ ਦੀ ਤੇ ਨਾਲ ਮੈਂ ਤੱਕੜਿਆਂ ਦੀ ਸਣ ਵਾਲੀ ਪਿੰਡ ਦਾ ਮੋਰਚ ਖੇਡਦਾ ਅੱਜ ਹਰ ਰਾਏਪੁਰ ਦੀ ਟੀਮ ਬੋਲੀ ਨਾਲ ਮੱਖਣਾ ਟੀਮ ਟਾਪ ਦੀ ਤੇ ਦੂਜੇ ਪਾਸੇ ਬਾਰੇ ਕਿਆਲਾ ਕਹਿੰਦੇ ਵਿਕਾਸ ਪੁੱਛਿਆ ਏ ਭੱਲੇ 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 ਸਵਾਦ ਵੱਖਰਾ ਹੋ ਕਹਿੰਦੇ ਸਵਾਦ ਵੱਖਰਾ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਬਹਾਦਰ ਗੜੀਆ ਕਹਿੰਦੇ ਪੂਰਾ ਫਿੱਟ ਹੈ ਤੇ ਗੱਲਾਂ ਕਹਿੰਦੇ ਆਹ ਮੈਚ ਦੀਆਂ ਵੀ ਵੱਡੀਆਂ ਹੋਣਗੀਆਂ ਮੈਚ ਦੋ ਤੇ ਵੀ ਤਕੜਾ ਹੈ ਤੇ ਤਿੰਨ ਨੰਬਰ ਗਰਾਊਂਡ ਤੇ ਵੀ ਮੈਚ ਜਿਹੜਾ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਹੈ ਇੱਧਰਲੇ ਪਾਸੇ ਕਹਿੰਦੇ ਕੱਲੀ ਕੱਲੀ ਅੱਖ ਜਿਹੜੀ ਬਹਾਦਰ ਗੜੀਆ ਨਵੀਂ ਜੀ ਲੱਗੀ ਹੈ ਤੇ ਦੁਨੀਆ ਕਹਿੰਦੇ ਦਵਾਨੀ ਆ ਮੁੰਡੇ ਦੀ ਇੱਕ ਪਾਸੇ ਮਹਿਲ ਖੁਰਦ ਵਾਲਾ ਨਵਾਬ ਖੇਡਦਾ ਹੈ ਇੱਕ ਪਾਸੇ ਕਹਿੰਦੇ ਬਾਰਿਕਾ ਪੰਡਾ ਵਿਕਾਸ ਦਾ ਅੱਜ ਕਦੇ ਸੁੱਖਣ ਵਾਲੀ ਟੀਮ ਨੇ ਧਾਰਾ ਮੰਗਿਆ ਹੈ ਕਹਿੰਦੇ ਮੁੰਡੇ ਜਗਮੀਤ ਵਰਗੇ ਆ ਗਿਆ ਹੈ ਟੀਮ ਕਹਿੰਦੇ ਰਾਤੀ ਟਾਪ ਦੀ ਬਣ ਗਈ ਹੈ ਦੋਨੋਂ ਟੀਮਾਂ ਕਹਿੰਦੇ ਬਰਾਬਰੀ ਦੀਆਂ ਬੈਲੈਂਸ ਟੀਮਾਂ ਨੇ ਤੇ ਮੈਚ ਵੀ ਮੈਨੂੰ ਲੱਗਦਾ ਵੀ ਉਨੀਆਂ ਦਾ ਕਰਦਾ 17 ਦਾ ਵੀ ਉਹਨਾਂ ਉਨੀਆਂ ਦਾ ਠੀਕ ਹੈ ਠੀਕ ਹੈ ਜੀ ਉਨੀਆਂ ਦਾ ਵੀ ਠੀਕ ਹੈ ਬਹੁਤ ਬਹੁਤ ਧੰਨਵਾਦ 19 ਨੰਬਰ ਵਾਲਾ ਮੈਚ ਹੈ ਲਓ ਸਾਹਮਣੇ ਕਦੇ ਇੱਧਰ ਲਈ ਪਾਸੇ ਫੇਰ ਮੁੰਡੇ ਕਦੇ ਤਿਆਰ ਪਰ ਤਿਆਰ ਨੇ ਖੇਡਦੇ ਗਰਾਊਂਡ ਦੇ ਅੰਦਰ ਆਪਾਂ ਵੇਖਾਂਗੇ ਬਹੁਤ ਕਦੇ ਸਟਾਪ ਦਾ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਜਿਹੜਾ ਕਦੇ ਖੇਡਿਆ ਜਾ ਰਿਹਾ ਹੈ ਕੁਆਟਰ ਮੈਚਾਂ ਦੀ ਕਦੇ ਸ਼ੁਰੂਆਤ ਜਿਹੜੀ ਕਦੇ ਹੋ ਚੁੱਕੀ ਹੈ ਕਿਹੜੀ ਟੀਮ ਜਿੱਤੂਗੇ ਬੱਲੇ 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 ਬਾਰੇਕਾ ਵਾਲਾ ਵਿਕਾਸ ਇੱਧਰਲੇ ਪਾਸੇ ਨੈਟ ਦੇ ਕਦੇ ਤਾਊ ਦਾ ਹਰ ਰਾਏਪੁਰ ਪਿੰਡ ਹੈ ਤੇ ਚਰਚੇ ਕਦੇ ਭਲਾਟੇ ਵਾਲੀਏ ਲੰਬੂ ਦੇ ਉਸਤਾਦ ਦੇ ਹੁੰਦੇ ਆ ਇਹਨਾਂ ਮੁੰਡਿਆਂ ਦੀ ਖੇਡ ਦੇ ਕਦੇ ਖੇਡ ਦੇ ਤਗੜੀ ਆ ਸਾਰਿਆਂ ਦੀ ਅੱਜ ਪਰ ਉਹ ਜਿੱਤਣਗੇ ਉਹ ਜਿਹੜੇ ਕਿਸਮਤ ਵੀ ਨਾਲ ਲੈ ਕੇ ਆਏ ਹੈ ਪਰ ਕੇ ਪਿੰਡ ਦੇ ਕਦੇ ਵਿਕਾਸ ਨੂੰ ਸੱਦਿਆ ਬਚ ਕੇ ਮੋੜ ਦੋ ਅੱਜ ਤੇ ਸੋਨਾ ਵੇਰਿਆ ਫਿਰਦਾ ਨਾਲ ਕਹਿੰਦੇ ਮਹਿਲ ਖੁਰਦ ਪਿੰਡ ਆ ਨਵਾਬ ਦਾ ਮੇਰੇ ਛੋਟੇ ਭਰਾ ਦਾ ਉਹ ਕਹਿੰਦੇ ਮੁੰਡਾ ਛੋਟੀ ਉਮਰੇ ਤੇ ਦੁਨੀਆ ਦਾ ਮਹਾਨ ਬਣ ਗਿਆ ਰੋਪੜ ਦੀ ਧਰਤੀ ਤੇ ਵੀ ਬਹੁਤ ਤਗੜਾ ਖੇਡਿਆ ਮੁੰਡਾ ਵੀ ਚੇਤੇ ਕਰਦੀ ਹੈ ਮਰਦਾਣੀ ਦੀ ਟੀਮ ਦੇ ਲਈ ਜਦੋਂ ਜਦੋਂ ਖੇਡਿਆ ਤੇ ਰਿਕਾਰਡ ਸੈੱਟ ਕਰਦੇ ਮੁੰਡੇ ਨੇ ਪਰ ਇੱਧਰ ਇੱਕ ਨੰਬਰ ਗਰਾਊਂਡ ਚ ਵੀ ਲਾਲਾ ਲਾਲਾ ਕਹਿੰਦੇ ਬਾਰੀ ਹੋਈ ਪਈ ਹੈ ਵੀ ਲਾਲਾ ਲਾਲਾ ਹੋ ਗਈ ਤੇ ਖਾਣਾ ਕਿਹਾ ਹੱਲ ਗਈ ਤੇ ਘਰੋਂ ਘਰੀ ਤੋਰ ਤੇ ਸੁੱਚਾ ਤੇ ਮੰਗ ਗਈ ਵਿੱਚ ਪੈ ਗਏ ਬੰਦੇ ਕੁੱਝ ਚੁੰਮੇ ਵਾਰ ਦੀ ਤੇ ਸ਼ੁਰੂ ਹੋ ਗਈ ਫੇਰ ਤੋਂ ਹੋ ਬੁੱਲੇ ਦੀ ਵਾਰ ਜੀ ਸ਼ੁਰੂ ਹੋ ਗਈ ਫੇਰ ਤੋਂ ਬੁੱਲੇ ਦੀ ਵਾਰ ਜੀ ਇੱਧਰਲੇ ਪਾਸੇ ਕਦੇ ਕੌਣ ਜੋੜੂਗਾ ਨੰਬਰ ਇੱਕ ਪਾਸੇ ਬਹਾਦਰ ਗੜੀਆ ਤੇ ਦੂਜੇ ਪਾਸੇ ਕਦੇ ਸੁੱਖਣ ਵਾਲਾ ਪਿੰਡ ਹੈ ਕਦੇ ਬਾਈ ਦੋ ਨੰਬਰ ਗਰਾਊਂਡ ਦੀਆਂ ਦੋਨੋਂ ਟੀਮਾਂ ਲਈ ਇੱਕ ਵਾਰੀ ਤਾਲੀ ਦਾ ਮਾਰ ਦੋ ਯਾਰ ਜ਼ੋਰਦਾਰ ਕਿੱਡਾ ਚੋਟੀ ਦਾ ਮੈਚ ਹੈ ਸ਼ਾਸਤਰੀ ਨਹੀਂ ਹੈ ਵੀਰੇ ਕੁਆਟਰ ਮੈਚ ਅਗਲੇ ਮੈਚ ਵੀ ਆਪਾਂ ਬੋਲ ਦਈਏ ਕਾਲੀ ਵਾਲਾ ਤੇ ਮੌੜ ਨਾਭਾ ਲੈ ਵੀ ਇਸ ਤੋਂ ਬਾਅਦ ਮੇਰੇ ਮੌੜ ਨਾਭੇ ਦੀ ਟੀਮ ਤੇ ਕਾਲੀਆ ਦੀ ਟੀਮ ਦੇ ਖਿਡਾਰੀ ਜਿਹੜੇ ਤਿੰਨ ਨੰਬਰ ਗਰਾਊਂਡ ਦੇ ਨੇੜੇ ਰਹਿਣਗੇ ਮੁੰਡੇ ਇਹ ਮੇਰੀ ਬੇਨਤੀ ਹੈ ਟੀਮਾਂ ਦੇ ਖਿਡਾਰੀਆਂ ਦੇ ਕਿੰਨੇ ਪੁਆਇੰਟ ਰਹਿੰਦੇ ਆ ਸੈਫਲੀ ਕਿੰਨੇ ਕੁ ਪੁਆਇੰਟ ਆ ਜੀ
ਹਾਂਜੀ 12-7 ਹੈ ਜੀ, 12-7 ਹੈ। ਇਧਰਲੇ ਪਾਸੇ ਬਹੁਤ ਸੋਹਣਾ ਮੈਚ ਹੈ, 2-20 ਤੇ 3 ਨੰਬਰ ਗਰਾਊਂਡ 'ਚ ਵੀ। ਇਸ ਤੋਂ ਬਾਅਦ ਮੌੜਨਾਬਾ ਤੇ ਕਾਲੀ ਵਾਲੀ ਗੁਰੀ ਪਿਆਰ ਮੁੜ ਪਿਆਰ ਰਹਿਣਗੀਆਂ। ਆ ਵੀ ਸੂਰਜ, ਆ ਵੀ ਪੁਆਇੰਟ ਦੱਸੀ ਬਾਈ, 2 ਨੰਬਰ ਗਰਾਊਂਡ ਦੇ ਕਿੰਨੇ ਕਿੰਨੇ ਹੋ ਗਏ ਬਾਈ? 2 ਨੰਬਰ ਗਰਾਊਂਡ ਦੇ ਕਿਰੀਆਂ ਵਾਲਾ ਸੂਰਜ ਬਹੁਤ ਵਧੀਆ ਬੁਲਾਰਾ ਬਣ ਗਿਆ। ਵੱਡੀ ਮਿਹਨਤ ਬੰਦੇ ਦੀ, ਬੜਾ ਸਾਫ਼ ਸੁਥਰਾ ਬੁਲਾਰਾ ਹੈ ਔਰ ਬੜੇ ਕਮਾਲ ਦਾ ਜਿਹੜਾ ਮੈਚ ਵੀ ਚੱਲੀ ਆਉਂਦਾ ਹੈ। ਸੂਰਜ ਇੱਕ ਵਾਰੀ ਨੰਬਰ ਜ਼ਰੂਰ ਦੱਸੀ, ਛੋਟੇ ਵੀਰ ਕਿੰਨੇ ਕਿੰਨੇ ਹੋ ਗਿਆ, ਵੀ ਕਿੰਨੇ ਕਿੰਨੇ ਹੋ ਗਏ ਬਾਈ ਨੰਬਰ ਪੁਆਇੰਟ ਵਾਲੇ ਵੀਰ? 2-1 ਬਈ, ਠੀਕ ਹੈ ਜੀ, 2-1 ਦਾ ਮੁਕਾਬਲਾ, 1-2। 1 ਨੰਬਰ ਇਧਰਲੇ ਪਾਸੇ ਹਰ ਰਾਏ ਪਰ ਮੱਖਣ ਦੀ ਟੀਮ ਦਾ ਤੇ 2 ਨੰਬਰ ਉਧਰਲੇ ਪਾਸੇ ਸੁੱਖਣ ਵਾਲੇ ਦੀ ਟੀਮ ਦੇ ਨੇ। ਇਧਰਲੇ ਪਾਸੇ ਹੋ ਗਏ ਰਾਜੂ ਦੇ ਜਿਹੜੇ ਚਰਚੇ ਹੁੰਦੇ ਆ ਦੀਵਾਨ ਖਿੜਿਆ ਦੇ, ਗੱਡੀ ਕਹਿੰਦੇ ਕੱਚੇ ਪਾ ਰੱਖੀ ਆ ਮੁੰਡੇ ਦੇ, ਗੱਲਾਂ ਕਹਿੰਦੇ ਹੁੰਦੀਆਂ ਨੇ ਦੀਵਾਨ ਖਿੜੇ ਪਿੰਡ ਦੇ, ਕਹਿੰਦੇ ਰਾਜੂ ਦੀਆਂ ਦੁਨੀਆਂ ਦਾ ਕਹਿੰਦੇ ਵੱਡਾ ਡਿਫੈਂਸਰ ਆ ਮੁੰਡਾ ਤੇ ਗੱਲਾਂ ਕਹਿੰਦੇ ਪਹਿਲੀਆਂ ਚ ਮੁੰਡੇ ਨੇ ਕਰਵਾਈਆਂ ਨੇ ਵੀ ਪਹਿਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲਦੇ ਨੀ ਖੁੰਡਹਾ ਸਾਹਮਣੇ। ਰਾਜੂ ਹੋਣਾ ਦੇ ਪਹਿਲੀਆਂ ਚ ਜਿਹੜੇ ਚਰਚੇ ਹੋਏ ਆ ਤੇ ਹਾਲੇ ਵੀ ਜੱਟ ਕਹਿੰਦੇ ਪੂਰਾ ਕੈਦ ਹੈ, ਵੱਡੇ ਟਿਕਾਣੇ ਅੱਜ ਦੇ ਇਸ ਵੱਡੇ ਖੇਡ ਟੂਰਨਾਮੈਂਟ ਦੀ ਟੀਮ ਕਹਿੰਦੇ ਦਾਅਵੇਦਾਰ ਮੰਨੀ ਜਾ ਰਹੀ ਹੈ। ਦੀਵਾਨ ਖੇੜੇ ਵਾਲੇ ਮੁੰਡੇ ਵੀ ਗੱਲਾਂ ਬਾਤਾਂ ਕਦੇ ਹੁਣ ਗਿਆ, ਇਸ ਤੋਂ ਉੱਪਰਲੇ ਮੈਦੀ ਵੀ ਟੀਮਾਂ ਦੇ ਖਿਡਾਰੀ ਜਿਹੜੇ ਤਿਆਰ ਪਰ ਤਿਆਰ ਰਹਿਣਗੇ, ਇਹਨਾਂ ਟੀਮਾਂ ਨੂੰ ਵੀ ਮੇਰੀ ਕਹਿੰਦੇ ਬੇਨਤੀ ਹੈ, ਬਹੁਤ ਵਧੀਆ ਜਿਹੜਾ ਮੈਚ ਹੈ 3 ਗਰਾਊਂਡਾਂ 'ਚ ਤੇ 4-3 ਚਫੇਰੇ, ਦੁਨੀਆਂ ਵੀ ਕਹਿੰਦੇ ਵੱਡੀ ਗਿਣਤੀ 'ਚ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਨਾਲ ਕਹਿੰਦੇ ਜੋੜੀ ਹੋਈ ਹੈ ਵੀ ਤਿੰਨ, ਉਹ ਵੀ ਕਦੇ ਭੁੱਲੀਏ ਨਾ ਜਦੋਂ ਸਾਈਕਲ ਸੀ ਥੱਲੇ ਹੋਇਆ ਕੀ ਜੇ ਬਾਬੇ ਨੇ ਕਰਵਾਤੀ ਬੱਲੇ ਬੱਲੇ, ਰੱਜੇ ਹੋਈਏ ਆਪ ਤੇ ਭੁੱਖਾ ਲੱਗੇ ਹਰ ਕੋਈ, ਇੰਨੇ ਅਸਮਾਨੀ ਹੱਥ ਲੱਗਣੇ ਨੀ ਚਾਹੀਦੇ ਤੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਵੀ ਪੈਰ ਤੇ ਅਸੂਲ ਕਦੇ ਛੱਡਣੇ ਨੀ ਚਾਹੀਦੇ, ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਉਹ ਕਦੇ ਛੱਡਣੇ ਨੀ ਚਾਹੀਦੇ। ਉਧਰਲੇ ਪਾਸੇ ਕਹਿੰਦੇ ਸੁੱਖਣ ਵਾਲੇ ਪਿੰਡ ਦਾ ਸੋਨਾ ਖੱਬੇ ਹੱਥ ਦਾ ਬੜਾ ਟੌਪ ਦਾ ਖਿਡਾਰੀ ਹੈ, ਵੱਡਾ ਬਾਲਾ ਮੇਰੇ ਮਿੱਤਰ, ਵੱਡੀ ਦੈਸ਼ ਦਾ ਮੁੰਡੇ ਦੀ ਸੋਨਿਆ, ਅੱਜ ਮੈਂ ਜਿੱਤ ਗਿਆ ਤੇ ਗੱਲਾਂ ਕਈ ਦਿਨ ਚੱਲਣ ਗਈਆਂ ਵੀ ਮੁੰਡੇ ਨੇ ਵੱਡੇ ਵੱਡੇ ਕੰਮ ਟੈਮ ਨਾ ਤੋਰਦੇ ਆ, ਉਹ ਹੁਣਦੇ ਨਾ ਉਹ ਵੇਲਾ ਤੇ ਨਾ ਉਹ ਵੇਲਾ ਮੱਖਣ ਹੋਣੇ ਕਮਾਰ ਕਰੀ ਤੁਰੇ ਆਉਂਦੇ ਆ ਵੀ ਤੇਰੇ ਸ਼ਾਂਟਾ ਵੀ ਨਾ ਲੱਗਦਾ ਗਰਾਊਂਡ ਸੱਖਣਾ, ਹੁਣ ਕਰਖਾ ਕੋਈ ਵੱਖਰੀ ਵੀ ਗੱਲ ਮੱਖਣਾ, ਸਾਰੇ ਦੇ ਸਾਰੇ ਕਹਿੰਦੇ ਚੋਟੀ ਚੋਟੀ ਦੇ ਮੱਲ ਪੁੱਜੇ ਆ, ਇਹ ਤਰ ਕਹਿੰਦੇ ਤਾਊ ਦੇ ਫੇਰ ਫੜਾਕਾ ਪਾ ਦਿੱਤਾ। ਦੱਸ ਸੂਰਜਾ ਨੰਬਰ ਕਿੰਨੇ ਕਿੰਨੇ ਆ? ਹੈਲੋ 4-2 ਬਈ, 4-2 ਕਦੇ ਜ਼ੋਰ ਹੀ ਲੱਗੀ ਜਾਣਾ, ਇਧਰ ਬਈ ਵਾਲੀ ਕਦੇ ਚੋਟੀ ਨੇ ਫੇਰ ਕਮਾਲ ਕਰ ਦਿੱਤੀ ਹੈ। ਮੈਂ ਵੀ ਸਹਿਜ ਦੱਸੀ ਮੇਰਾ ਬਾਈ ਕਿੰਨੇ ਕਿੰਨੇ ਪੁਆਇੰਟ ਹੋ ਗਏ? ਗਰਾਊਂਡ ਨੰਬਰ 3 ਦੇ 7-2 ਬਈ, ਵਾਹ ਜੀ ਵਾਹ,
ਲਓ ਸਾਹਮਣੇ 7-2 ਦਾ ਜਿਹੜਾ ਮੁਕਾਬਲਾ 3 ਨੰਬਰ ਗਰਾਊਂਡ 'ਚ ਖੇਡਿਆ ਜਾ ਰਿਹਾ। ਖੇਡ ਦੇ ਗਰਾਊਂਡ ਦੇ ਅੰਦਰ ਪ੍ਰੇਦਰਲੇ ਪਾਸੇ ਮਹਿਲ ਖੁਰਦਵਾਲਾ ਕਿਤੇ ਨਵਾਬ ਖੇਡ ਗਰਾਊਂਡ ਦੇ ਬੱਲੇ 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 ਸਰਾਣੀ ਪਿੰਡ ਦੇ ਕਿਤੇ ਮੌਲਕ ਵਰਗੇ ਮੁੰਡੇ ਜਿਹੜੇ ਅੱਜ ਖੇਡ ਰਹੇ ਹੈ ਹਰ ਰਾਏਪੁਰ ਦੀ ਟੀਮ ਦੇ ਲਈ। ਇੱਧਰਲੇ ਪਾਸੇ ਵੀ ਟੀਮ ਕਿਤੇ ਵੱਡੀ ਬਣੀ ਹੋਈ ਹੈ। ਇੱਕ ਪਾਸੇ ਮੱਖਣ ਕਿਤੇ ਛੋਟੀ ਉਮਰ 'ਚ ਮਿਹਨਤ ਜਿਹੜੇ ਕਿਤੇ ਮੱਖਣ ਦੇ ਵੀ ਹੁੰਦੇ ਹੈ। 21 ਤਰੀਕ ਨੂੰ ਸੁਰਿੰਦਰ ਅਰਗੇ ਲਾਈ ਬਾਬਾ, ਠੀਕ ਹੈ ਜੀ। ਉੱਧਰਲੇ ਪਾਸੇ 21 ਤਰੀਕ ਜਿਹੜੀ ਸਾਹੂ ਵਾਲੇ ਦੇ ਵੱਡੇ ਖੇਡ ਮੇਲੇ ਦੀ ਹੋਣੀ ਹੈ। ਭਰਾ ਸਾਡੇ ਕਦੇ ਸਾਹੂ ਵਾਲੀ ਕਮੇਟੀ ਵੀ ਕਦੇ ਸੱਦੇ ਪੱਤਰ ਲਾ ਰਹੀ ਹੈ ਟੀਮਾਂ ਨੂੰ ਵੀ 21 ਤਰੀਕ ਜਿਹੜੀ ਜਿਹੜੇ ਸਰਸੇ ਦਾ ਪਿੰਡ ਕਦੇ ਸਾਹੂ ਵਾਲਾ ਉੱਥੇ ਜਿਹੜੀਆਂ ਕਦੇ ਰੌਣਕਾਂ ਵੱਡੀਆਂ ਲੱਗਣਗੀਆਂ, ਗੱਲਾਂ ਬਾਤਾਂ ਕਦੇ ਹੋਣਗੀਆਂ। ਅੱਜ ਕਦੇ ਧਰਤੀ ਜ਼ਿਲ੍ਹੇ ਫਿਰੋਜ਼ਪੁਰ ਦੀ ਸੁਨੇਰ ਦੇ ਪਿੰਡ ਦੇ ਮੇਲੇ ਵਿੱਚੋਂ ਵੱਡੀਆਂ ਕਦੇ ਰੌਣਕਾਂ ਲੱਗੀਆਂ ਨੇ। ਰੌਣਕਾਂ ਵੱਡੀਆਂ ਨੰਬਰ ਇੱਕ ਹੋਰ ਵੱਧ ਗਿਆ। ਤੇਰੀ ਬੇਨਤੀ ਆ ਸਾਰੇ ਕਾਲੀਆਂ ਦਾ ਤੇ ਮੌਲ ਨਾਮਾ ਇਹ ਮੁੰਡੇ ਗਰਾਊਂਡ ਨੰਬਰ ਕਿਰਪਾ ਕਰਕੇ ਬਾਈ ਜੀ ਇੱਕ ਦੇ ਵਿੱਚ ਆ ਜਾਣਗੇ। ਲੈ ਬਈ ਇੱਧਰ ਬਹਾਦਰ ਗੜੀ ਰਵੀ ਨੇ ਕਿੰਨੀ ਤਗੜੀ ਬਾਲ ਲਾ ਦੀ ਹੈ ਯਾਰ, ਤਾੜੀ ਕਿਉਂ ਨੀ ਮਾਰਦੇ ਬਾਈ, ਤਾੜੀ ਤਾਂ ਮਾਰ ਦੋ ਜ਼ੋਰਦਾਰ। ਉਹ ਮੁੰਡੇ ਨੇ ਕਹਿੰਦੇ ਭਗਤਾਂ ਜਿਹੜੀ ਕਰਵਾ ਦਿੱਤੀ ਹੈ। ਉਹ ਗੱਭਰੂ ਦੇ ਨਾਲ ਜਿਹੜੇ ਹੁੰਦੇ ਆ ਬੁੱਲੋ ਤੇ ਥੋੜੇ ਥੋੜੇ ਸਣਕੀ ਦੇ ਮੁੰਡੇ ਆ ਬੁੱਲੋ ਤੇ ਦਿਲਾਂ ਦੇ ਆ ਕੋਰੇ, ਆਹੋ ਮੇਰਾ ਰੱਬਾ ਇਹਦੇ ਕਹਿੰਦੇ ਕਮਾਲ ਹੀ ਕਰੀ ਤੁਰਿਆ ਆਉਂਦਾ ਚੋਬਰ ਇਹਦੇ ਤੇ ਉਹ ਗਾਣਾ ਬਾਲਾ ਢੁੱਕਦਾ ਵੀ ਜੱਟਾ ਸ਼ਰਿਆਮ ਤੂੰ ਦੇ ਧੱਕਾ ਕਰਦਾ, ਉਹ ਜੱਟਾ ਸ਼ਰਿਆਮ ਤੂੰ ਦੇ ਧੱਕਾ ਕਰਦਾ। ਉਧਰਲੇ ਪਾਸੇ ਮੁੰਡੇ ਦੀਵਾਨ ਖੇਡਾਂ ਲਈ ਜਿੱਤ ਗਿਆ ਕਾਲੀਆਲਾ ਗੁਰੀ ਦੀ ਟੀਮ ਪਹੁੰਚੇ ਬਾਈ, ਮੇਰੀ ਬੇਨਤੀ ਹੈ ਕਾਲੀਆਲਾ ਗੁਰੀ ਤੇ ਮੌੜ ਨਾਭਾ ਰਾਜੂ ਬਾਈ ਇੱਕ ਨਾ ਰੈਫਰੀ ਲਾ ਰਹੇ ਉੱਥੇ ਬੰਦੇ ਭਰਾ, ਬੇਨਤੀ ਹੈ ਲੈ ਵੀ ਲਾਓ ਜੀ ਰੈਫਰੀ। ਉਧਰਲੇ ਪਾਸੇ ਦੀਵਾਨ ਖੇਡੇ ਵਾਲੇ ਮੁੰਡੇ ਜਿੱਤ ਗਏ ਆ। ਉਧਰਲੇ ਪਾਸੇ ਭਰਾ ਸਾਡਾ ਕਮਲਪ੍ਰੀਤ ਰਮਾਣਾ ਕਨੇਡਾ, ਉਹ ਵੀਰ ਕਹਿੰਦਾ ਹੈ ਜਿਹੜਾ ਮੁੰਡਾ ਸ਼ਰਮਾ ਫੜਦਾ ਸੁਖਨਲ ਦੀ ਜਿਹੜੇ ਲੜਦੇ ਜੇ ਬਲੌਕ ਕਰਦਾ ਹੈ ਤੇ 100 ਦੇ ਨਾਲ ਵੱਡੇ ਜਿਹੜੇ ਮਾਨ ਸਨਮਾਨ ਜਿਹੜੇ ਸ਼ਰਮੇ ਦੇ ਕੀਤੇ ਜਾਣਗੇ। ਕਮਲਪ੍ਰੀਤ ਰਮਾਣਾ ਕਨੇਡਾ ਭਰਾ ਸਾਡਾ ਵੱਡੇ ਜਿਹੜੇ ਕਦੇ ਮਾਨ ਸਨਮਾਨ ਜਿਹੜੇ ਸ਼ਰਮੇ ਦੇ ਹੋਣਗੇ ਜੇ ਬਾਲ ਬਲੌਕ ਕਰਦਾ ਜੀ ਬਾਈ ਜੀ। ਵੀਰ ਬਣ ਕੇ ਬੇਨਤੀ ਆ ਜੀ ਸੈਮੀ ਦੋਵਾਂ ਦੇ ਕਰਾ ਦੇ, ਕਿਹੜਾ ਫਾਈਨਲ ਇੱਕ ਦੇ ਕਰਾ ਦੇ। ਬਹੁਤ ਬਹੁਤ ਧੰਨਵਾਦ ਗੁਰੀ ਕਾਲੀਆ ਦੀ ਟੀਮ ਵੀ ਆ ਗਈ ਵੀਰੇ, ਮੌੜ ਨਾਭੇ ਵਾਲੇ ਮੁੰਡੇ ਵੀ ਆ ਗਏ ਜੀ, ਮੌੜ ਨਾਭੇ ਦੀ ਟੀਮ ਵੀ ਆ ਗਈ ਹੈ। ਮੇਰੀ ਬੇਨਤੀ ਹੈ ਮੈਚ ਤਾਂ ਚਾਲੂ ਕਰਾ ਦਿਆਂਗੇ ਉੱਧਰ ਵੀ, ਔਰ ਮੈਚ ਇੱਧਰ ਕਹਿੰਦੇ ਦੋ ਲਾਈਵ ਰੇ ਵਾਲੀਬਾਲ ਸ਼ੂਟਿੰਗ ਪੰਜਾਬ ਆ, ਵਾਲੀਬਾਲ ਸ਼ੂਟਿੰਗ ਪੰਜਾਬ ਰਵੀ ਜੋਤੀ ਵਾਲੇ ਮੈਚ ਤੇ ਬਈ ਹੁਣ ਮਨਸੂਬੇ ਦੇਖ ਤੇ ਬੰਦਾ ਕੀ ਨਹੀਂ ਕਰ ਸਕਦਾ ਤੇ ਕੱਕ ਵਾਲੀਆ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਤੇ ਉਸ ਦਾਦੇ ਦੇ ਲੜ ਲੱਗ ਕੀ ਬੇੜੀ ਤਰਦੀ ਹੁੰਦੀ ਆ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਉਹ ਤੁਣਕਾ ਤੁਣਕਾ ਕਰਕੇ ਤੇ ਗੁੱਡੀ ਜਿਹੜੀ ਚੜ੍ਹਦੀ ਹੁੰਦੀ ਮੇਰੇ ਮਿੱਤਰੋ ਇਹ ਵੀ ਕਹਿੰਦੇ ਸਿਆਣਿਆਂ ਨੇ ਤੱਤ ਕਹਿੰਦੇ ਹੋਏ ਹੈ। ਬਹੁਤ ਵਧੀਆ ਮੈਚ ਖੇਡੇ ਜਾ ਰਿਹਾ ਹੈ ਬਾਈ ਜੀ, ਗਰਾਊਂਡ ਨੰਬਰ 1 ਦੇ ਮੈਚ ਚਾਲੂ ਕਰ ਦਿਓ ਜੀ, ਲੈਵੀ ਸ਼ੁਰੂ ਕਰ ਦਈਏ ਜੀ ਮੈਚ ਆਪਾਂ, ਮੇਰੀ ਬੇਨਤੀ ਹੈ ਵੀਰੇ 1 ਨੰਬਰ ਗਰਾਊਂਡ ਦਾ ਵੀ ਮੈਚ ਜਿਹੜਾ ਸ਼ੁਰੂ ਕਰ ਦਈਏ ਜੀ। ਠੀਕ ਠਾਕ, ਥੋੜੀ ਤਾਂ ਖੋਲ ਦੋ ਆਵਾਜ਼ ਜੀ ਬਾਈ ਥੋੜੀ ਜੀ। ਹੈਲੋ ਹੈਲੋ ਬਬਲੂ ਜੀਰਾ
ਸਾਊਂਡ ਘਾ ਸਾਡਾ ਬਹੁਤ ਵੱਡਾ ਜਿਹੜਾ ਧੰਨਵਾਦ ਕਰਦੇ ਹਾਂ ਅਸੀਂ ਵੀਰ ਸਾਡੇ ਦਾ, ਜਿਸ ਵੀਰ ਨੇ ਬੜੀ ਬੁਲੰਦ ਆਵਾਜ਼ ਇਸ ਗਰਾਊਂਡਾਂ ਨੂੰ ਦਿੱਤੀ ਹੈ ਤੇ ਕਰਦੇ ਹੋਣਗੇ। ਲੈ ਵੀ ਬਾਈ ਇੱਕ ਨੰਬਰ ਗਰਾਊਂਡ ਦਾ ਮੈਚ ਚਲਾਈਏ ਜੀ ਆਪਾਂ। ਬਾਲ ਫੜ ਲੈਣਾ ਮੇਰਾ ਵੀਰ ਬਣਿਆ, ਫੜਿਓ ਜੀ ਬਾਲ, ਬਹੁਤ ਬਹੁਤ ਧੰਨਵਾਦ ਹੈ। ਚੀਤਾ ਵੀ ਨਹੀਂ ਐਵਰੇਜ ਗਿਆ, ਆਓ ਕਦੇ ਗੱਲਬਾਤ ਟਿਕਾਣੇ ਰਾਸ਼ਨ ਦੀ ਜਿੱਦਾਂ ਦੀ ਆਸ ਉਮੀਦ ਸੀਗੀ ਨਾ ਸੋਨਿਆ ਤੇ ਗੱਲ ਉਦਾਂ ਬਣੀ ਨੀ, ਆਓ ਗੱਲ ਤੇ ਬਣਾਉਣੀ ਪਊਗੀ। ਖਰਨਾ ਤਿਆਰੀ ਹੈ ਬਹਾਦਰਗੜੀ ਅਤੇ ਬਾਲਾ ਦੀ, ਅੱਜ ਕਦੇ ਬਾਹਰੀਆਂ ਚੋਟੀ ਦੀਆਂ ਲਾਈ ਤੁਰ ਆਉਂਦਾ ਤੇ ਬੈਟਮੈਨ ਵੀ ਕਹਿੰਦੇ ਕਮਾਲ ਦਾ, ਦੂਜੇ ਪਾਸੇ ਕਹਿੰਦੇ ਸੋਨੇ ਹੋਣੀ ਬਾਰੇ ਕਹਿੰਦੇ ਵਿਕਾਸ ਨੂੰ ਸੱਦਿਆ ਤੇ ਨਾਲ ਮਹਿਲ ਖੁਰਦ ਵਾਲਿਆ ਕਦੇ ਉਹਨੇ ਪਿਆਰੀ ਮੇਰਮਾ ਨਾ ਪੈ ਜੇ, ਥੋੜ ਤੇ ਧਿਆਨ ਕਰਨਾ ਪਊਗਾ। ਸਵਾਦ ਵੱਖਰਾ ਦੁਨੀਆਂ ਟੱਕਦੀ ਆ ਵੀ ਕਰਤਾ ਕਿਹੜ ਚੋਪਰਾ ਨੇ, ਜਿਵੇਂ ਫੌਜ ਕਿਲੇ ਨੂੰ ਢੋਦੀ ਹੈ। ਉਹ ਲਿਖੀ ਗੱਲ ਰਾਜੇ ਖਿਲੇ ਦੀ ਸਿੱਧੀ ਧੂ ਕਰਦੇ ਪਾਉਂਦੀ ਹੈ, ਲਿਖੀ ਗੱਲ ਰਾਜੇ ਖਿਲੇ ਦੀ ਸਿੱਧੀ ਧੂ ਕਰਦੇ ਪਾਉਂਦੀ ਹੈ। ਲੈ ਵੀ ਵਿਕਾਸ ਹੁਣ ਤਿਆਰੀ ਫੜਦਾ ਮਿੱਤਰਾ, ਜਾਂ ਕਹਿੰਦੇ ਮਹਿਲ ਖੁਰਦੇ ਨਵਾਬ ਨੂੰ ਵੀ ਪਾਲਾਂ ਜਿਹੜੀਆਂ ਕਹਿੰਦੇ ਲਾਉਣੀਆਂ ਪੈਣਗੀਆਂ, ਏਦਾਂ ਨੀ ਨੰਬਰ ਦੇਣਾ ਬੋਲੇ ਪੈਰੀ, ਮੈਂ ਨੰਬਰ ਨੀ ਦੇਣਾ ਮੁੰਡੇ ਬੱਲੇ 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 ਮੇਰੇ ਮਾਲਕਾ। ਰਵੀ ਭਾਦਰਗੜ ਦੀ ਲੀਡ ਆ ਚੱਲਦੇ ਮੈਚ ਉਰੇ, ਰਵੀ ਭਾਦਰਗੜ ਦੀ ਲੀਡ ਦੀਵਾਨ ਖੇੜਾ ਦੇ ਕੇਰੀਆਂ ਇਹ ਮੁੰਡੇ ਬਾਈ ਜੀ ਆਪਣੇ ਆਪ ਨੂੰ ਰੈਡੀ ਕਰ ਲੈਣਗੇ, ਦੀਵਾਨ ਖੇੜਾ ਦੇ ਕੇਰੀਆਂ ਇਹ ਮੁੰਡੇ ਕਿਰਪਾ ਕਰਕੇ ਗਰਾਊਂਡ ਨੰਬਰ ਵਿਕਾਸ ਕਦੇ ਸੈਂਟਰ ਚ ਆ ਗਿਆ, ਹੁਣ ਗੱਲਾਂ ਕਦੇ ਲੱਗਣਗੀਆਂ ਟਵਾਣੇ ਇਧਰਲੇ ਪਾਸੇ ਕਦੇ ਉਹ ਬੱਲੇ 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 ਨੰਬਰ ਗਿਆਰਵਾਂ ਮੇਰੇ ਖਿਆਲ ਦੇ ਮੁੰਡਿਆਂ ਨੇ ਜੋੜ ਦਿੱਤਾ ਹੈ, ਗਿਆਰਵਾਂ ਨੰਬਰ ਮੁੰਡਿਆਂ ਨੇ ਕਿਤੇ ਜੋੜ ਦਿੱਤਾ ਆਪਣੀ ਟੀਮ ਦੇ ਲਈ। ਖੇਡ ਦੇ ਗਰਾਊਂਡ ਦੇ ਅੰਦਰ ਆਪਾਂ ਵੇਖਾਂਗੇ ਵੀ ਇੱਕੋ ਰੱਸੇ ਬੰਦੀਆਂ ਨਾ ਜਾਣ ਯਾਰੀਆਂ, ਕਈ ਵਾਰੀ ਆਪਣੇ ਵੀ ਘਰ ਜਾਣ ਮਾੜੀਆਂ ਤੇ ਦਿਨ ਵੇਲੇ ਵੀਰਾ ਵੀਰਾ ਰਾਤੋ ਰਾਤ ਹੁੰਦੇ ਨਾ ਮਾਹੌਲ ਚੇਂਜ ਵੀ ਹੈ ਤੇ ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ ਵੀ ਬਦਾਮਾਂ ਨਾਲ ਹੁੰਦੇ ਨੀ ਦਿਮਾਗ ਤੇਜ ਨੀ, ਉਹ ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ, ਹੁੰਦੇ ਨਾ ਬਦਾਮਾਂ ਦਾ ਦਿਮਾਗ ਤੇਜ ਨਹੀਂ ਹੈ। ਪਰ ਅੱਜ ਤੇ ਆਹ ਮੁੰਡੇ ਕਹਿੰਦੇ ਬਾਹਲੇ ਤੇਜ ਹੋ ਫਿਰਦੇ ਆ, ਮਾਤਾ ਕਰਨਾ ਸ਼ੁਰੂ ਮੈਚ ਸੋਨਿਆਂ ਦੀ ਰਾਤ। ਮੇਰੀ ਬੇਨਤੀ ਹੈ ਦੌੜਨਾ ਤੇਰੀ ਟੀਮ ਦਾ ਮੈਚ ਹੈ ਗੁਰੀ ਕਾਲੀਅਲ ਦੀ ਟੀਮ ਦੇ ਨਾਲ, ਮੈਚ ਇਹ ਵੀ ਕਹਿੰਦੇ ਟੌਪ ਦਾ ਤੇ ਗਰਾਊਂਡ ਨੰਬਰ ਇੱਕ ਤੇ ਵੀ ਸਾਰੀ ਤਿੰਨ ਤੇ ਵੀ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ, ਇੱਧਰ ਕਹਿੰਦੇ ਤਿੰਨ ਨੰਬਰ ਗਰਾਊਂਡ ਤੇ ਵੀ ਸਾਈਡਾਂ ਦੇ ਚੇਂਜ ਹੋ ਗਈਆਂ ਹੈ, ਕਹਿੰਦੇ ਕੰਨਿਆ ਪੁਆਇੰਟ ਗੁਰਦਾਸ ਕੋਟ ਕਰੋੜ ਲੂਜ ਕਰ ਗਿਆ ਮੈਚ ਵੀਰੇ, ਗੁਰਦਾਸ ਹਰ ਗਿਆ ਮੈਚ ਵੀਰੇ, ਕਿੰਨੇ ਦੀ ਦਸ ਪਾਣੀ ਵਾਲੇ ਵੀਰ ਨੂੰ ਮੇਰੀ ਬੇਨਤੀ ਹੈ ਗਰਾਊਂਡ ਨੰਬਰ ਤਿੰਨ ਚ ਜ਼ਰੂਰ ਗੇੜਾ ਮਾਰ ਕੇ ਜਾਵੇ ਮੇਰਾ ਵੀਰ ਪ੍ਰਧਾਨ।
ਪਾਣੀ ਜ਼ਰੂਰ ਪੈ ਰਹੀ, ਮੁੰਡਿਆਂ ਨੂੰ ਜ਼ੋਰ ਲੱਗਿਆ ਹੋਇਆ ਹੈ। ਇੱਧਰ 10-3 ਦਾ ਮੁਕਾਬਲਾ ਹੈ, ਬੜਾ ਕਹਿੰਦੇ ਵੱਡਾ ਫਰਕ ਪੈ ਚੁੱਕਿਆ ਤੇ ਮੁੰਡੇ ਕਹਿੰਦੇ ਇੱਧਰਲੇ ਪਾਸੇ ਨਹੀਂ ਹੈ, ਉਹ ਕਾਬੂ ਨਹੀਂ ਹੁੰਦੇ ਪਏ, ਕਾਬੂ ਕਰਨੇ ਪੈਣਗੇ। ਸੋਨਿਆ ਫਰਨਾ ਤਿਆਰੀ, ਬਾਲਾ ਲਾਵੇ, ਉਹ ਕਹਿੰਦੇ ਬਾਰੇ ਕਿਆ ਵਾਲਾ ਵਿਕਾਸ ਕਮਾਲ ਕਰ ਗਿਆ, ਨੰਬਰ ਮੁੰਡੇ ਨੇ ਸਿਰੇ ਦਾ ਜੋੜ ਦਿੱਤਾ। ਵੀ ਜੇ ਜਿਗਰਾ ਹੈ ਨਹੀਂ ਤਾਂ ਕੀ ਕਰਨੇ, ਜਿਸਮ ਹੱਟੇ ਦੇ ਗੱਡੇ ਉਹ ਕਾਮਯਾਬ ਨਹੀਂ ਹੁੰਦੇ, ਭਾਈ ਜਿਹੜੇ ਜਿਹੜੇ ਲਾਉਂਦੇ ਰੱਟੇ ਤੇ ਕਾਗਜ਼ ਵੀ ਖੁਦ ਨਹੀਂ ਫਟਦਾ, ਲਿਖ ਲਿਖ ਕੇ ਉਸ ਨੂੰ ਫਾੜਨਾ ਪੈਂਦਾ ਏ। ਹੋਰ ਜ਼ਿੰਦਗੀ ਜੇ ਕੁਝ ਕਰਨਾ ਹੋਵੇ ਫਿਰ ਮਨ ਨੂੰ ਮਾਰਨਾ ਪੈਂਦਾ ਏ, ਜੇ ਜ਼ਿੰਦਗੀ ਜੇ ਕੁਝ ਕਰਨਾ ਹੋਵੇ ਫਿਰ ਮਨ ਨੂੰ ਮਾਰਨਾ ਪੈਂਦਾ ਏ। ਉਧਰਲੇ ਪਾਸੇ ਭਰਾ ਸਾਡਾ ਸਹਿਜਾਦ ਸਰਪੰਚ ਟੋਡਰਪੁਰ, ਉਹ ਵੀਰ ਕਹਿੰਦਾ ਜੇ ਅੱਜ ਰਵੀ ਫਾਈਨਲ ਮੈਚ ਜਿੱਤੇ ਤੇ ਟੋਡਰਪੁਰ ਦੇ ਵੱਡੇ ਖੇਡ ਮੇਲੇ ਦੇ 6 ਫੁੱਟਿੰਗ ਕੱਪ ਦੇ ਨਾਲ ਵੱਡਾ ਜਿਹੜਾ ਮਾਨ ਸਨਮਾਨ ਜਿਹੜਾ ਹਰ ਹਜ਼ਾਰ ਵੀ ਕਹਿੰਦੇ ਲਾਗਾ ਵਾਲੀ ਪਿੰਡ ਦਾ ਦੁੱਗਾ ਕਹਿੰਦਾ ਵੀ 20 ਤਰੀਕ ਨੂੰ ਖੁੱਲੀ ਪਾਰਟੀ ਹੋਵੇਗੀ ਜੇ ਕਿਤੇ ਰਵੀ ਅੱਜ ਫਾਈਨਲ ਖੇਡੇ। ਮੈਲ ਖੁਰ ਦਵਾਲਿਆ ਉਹ ਤੇਰਾ ਪਿਆਰ ਸਤਿਕਾਰ ਬੜਾ, ਪਰ ਜੇ ਕਿਤੇ ਅੱਜ ਬੱਲਾ ਮਾਰ ਕੇ ਨੰਬਰ ਜੋੜੇ ਨਾ ਤੈਨੂੰ ਤਾਂ ਮੰਨੀਏ, ਮੁੰਡਿਆਂ ਦਾ ਪਿਆਰ ਬਹੁਤ ਆ ਪਰ ਅੱਜ ਦੇ ਸੂਰਜਾ ਸੱਜਰੇ ਸ਼ਰੀਕ ਬਣੇ ਫਿਰਦੇ ਆ ਵੀ ਨਿੱਤ ਗਿਆਰਾਂ ਦੀਆਂ ਮਹਿਫਲਾਂ ਸਜਾਵੇ, ਉਹ ਤੇਰੇ ਲਈ ਉਹ ਖਾਸ ਬਣ ਗਏ, ਅਸੀਂ ਖੇਡ ਹੋ ਗਏ ਮਨ ਪਰਚਾਵੇ ਦੀ, ਤੇਰੇ ਲਈ ਟਾਈਮ ਪਾਸ ਬਣ ਗਏ ਤੇ ਐਡਾ ਗਿਆਰਾਂ ਦੇ ਹੱਥਾਂ ਵਿੱਚ ਖੇਡਣ ਦਾ ਸਾਡੇ ਨੀ ਰਿਵਾਜ ਮੁੰਡਿਆ, ਉਹ ਤੂੰ ਨੀ ਸਾਡਾ ਤੇ ਅਸੀਂ ਨੀ ਹੁਣ ਤੇਰੇ, ਹੋ ਡਰ ਗਏ ਲਹਿਜ ਮੁੰਡਿਆ ਜਾਂ ਟੁੱਟ ਗਈ ਲਿਹਾਜ ਮੁੰਡੇ, ਬੱਲੇ 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 ਅੱਜ ਕਦੇ ਲਿਹਾਜਾਂ ਟੁੱਟਣ ਗਿਆ, ਗੱਲਾਂ ਬਾਤਾਂ ਕਦੇ ਹੋਣ ਗਿਆ। ਉਧਰਲੇ ਪਾਸੇ ਭਰਾ ਸਾਡੇ ਵੱਡੇ ਕਦੇ ਮਾਣ ਸਨਮਾਨ ਅੱਜ ਕੀਤੇ ਜਾਣਗੇ, ਵੀਰ ਸਾਡੇ ਕਹਿੰਦੇ ਨੇ ਲਓ ਸਾਹਮਣੇ ਕਦੇ ਗੱਲਾਂ ਬਾਤਾਂ ਵੱਡੀਆਂ ਨੇ, ਅਗਲੀ ਸਰਵਿਸ ਕਰਨ ਲਈ ਖਿਡਾਰੀ ਜਿਹੜੇ ਕਹਿੰਦੇ ਤਿਆਰ ਪਰ ਤਿਆਰ ਦੇ ਖੇਡ ਦੇ ਗਰਾਊਂਡ ਦੇ ਅੰਦਰ ਆਪਾਂ ਵੇਖਾਂਗੇ ਅਗਲੀ ਸਰਵਿਸ ਮੁੰਡਿਆਂ ਨੇ ਫੇਰ ਕਰ ਦਿੱਤੀ ਹੈ, ਨੀਟੂ ਹੁੰਦਾ ਭਰਾ ਸਾਡਾ। ਉਧਰਲੇ ਪਾਸੇ ਕਹਿੰਦਾ ਵੀਰ ਵੀ ਰਵੀ ਦੀ ਹਰੇਕ ਮੈਚ ਜਿਹੜੀ 200 ਦੀ ਹੋਣੀ ਹੈ, ਵੱਡੇ ਜਿਹੜੇ ਕਹਿੰਦੇ ਮਾਨ ਵੱਡੇ ਸਨਮਾਨ ਜਿਹੜੇ ਕਹਿੰਦੇ ਕੀਤੇ ਜਾਣਗੇ, ਦੁਨੀਆਂ ਕਹਿੰਦੇ ਬਹਾਦਰ ਗੜੀਏ ਰਵੀ ਦੀ ਖੇਡ ਦੇ ਮਾਣ ਕਰਦੀ ਹੈ ਤੇ ਮੁੰਡੇ ਨੇ ਕਹਿੰਦੇ ਪਿਆਰ ਸਤਿਕਾਰ ਜਿਹੜਾ ਇਹਨਾਂ ਗਰਾਊਂਡਾਂ 'ਚ ਵੰਡਿਆ ਜੀ। ਹਾਂਜੀ ਗੁੱਡੀ ਬਦਨਾਮ ਹੋਈ, ਹੈਲੋ ਲੈ ਵੀ ਆਓ ਮੇਰਾ ਵੀਰ ਬਣ ਕੇ, ਬਾਈ ਜੀ ਦੀਵਾਨ ਖੇਡਾਂ ਦੇ ਖੇਡੀਆਂ ਇਹ ਆਪਣੇ ਕੋਲੇ ਕੁਆਟਰ ਫਾਈਨਲ ਆਏ, ਜਲਦੀ ਦੇ ਨਾਲ ਮੁੰਡੇ ਵੀਰੇ ਆਪਣੇ ਆਪ ਨੂੰ ਰੈਡੀ ਕਰ ਲੈਣਗੇ ਜੀ, ਦੀਵਾਨ ਖੇਡਾਂ ਦੇ ਖੇਡੀਆਂ ਇਹ ਖਿਡਾਰੀ ਵੀ ਕਿਰਪਾ ਕਰਕੇ ਤਿਆਰ ਪਰ ਤਿਆਰ ਰਹਿਣਗੇ। ਲੈ ਵੀ ਸੂਰਜ 80 ਨੰਬਰ 2 ਨੰਬਰ ਗਰਾਊਂਡ ਦੇ ਕਿੰਨੇ ਆ, ਕੋਟਲਾ ਹਰ ਗਈ ਵੀਰੇ, ਕੋਟਲਾ ਹਰ ਗਈ ਵੀਰੇ, ਠੀਕ ਹੈ ਜੀ। ਉਧਰਲੇ ਪਾਸੇ ਭਰਾ ਸਾਡਾ ਕੋਟਲਾ ਹਰ ਗਈ ਵੀਰੇ, ਨਵੀਂ ਯੂਕੇ ਘੁੱਲਾ ਯੂਕੇ, ਜੇ ਕਾਲੀਅਲ ਦੀ ਟੀਮ ਅੱਜ ਫਾਈਨਲ ਖੇਡਦੀ ਹੈ ਤੇ 5100 ਦੇ ਨਾਲ ਵੱਡੇ ਜਿਹੜੇ ਮਾਨ ਸਨਮਾਨ ਜਿਹੜੇ ਕੀਤੇ ਜਾਣਗੇ, ਦਵਿੰਦਰ ਯੂਕੇ ਨਾਲ ਭਰਾ ਸਾਡਾ ਘੁੱਲਾ ਯੂਕੇ ਨਾਲ ਨਵੀਂ ਯੂਕੇ, ਉਹ ਭਰਾ ਕਹਿੰਦੇ ਆ ਜੇ ਕਾਲੀਅਲ ਦੀ ਟੀਮ ਜੇ ਫਾਈਨਲ ਜਿੱਤੇ ਤੇ ਗੱਲਾਂ ਬਾਤਾਂ ਕਦੇ ਹੋਣ ਗਿਆ ਮੇਰੇ ਮਿੱਤਰੋ, 5100 ਦੇ ਨਾਲ ਵੱਡੇ ਮਾਨ ਵੱਡੇ ਸਨਮਾਨ ਜਿਹੜੇ ਕਦੇ ਕੀਤੇ ਜਾਣਗੇ ਤੇ ਜ਼ੋਰ ਕਹਿੰਦੇ ਪੂਰਾ ਲੱਗਣਾ, ਅੱਜ ਟੀਮਾਂ ਵੀ ਕਹਿੰਦੇ ਟਾਪ ਦੀਆਂ ਜਿਹੜੀਆਂ ਕਦੇ ਬਣੀਆਂ ਨੇ। ਲੈ ਕਿੰਨੇ ਹੋ ਗਏ ਸੀ ਅੱਜ ਨੰਬਰ, 3 ਨੰਬਰ ਗਰਾਊਂਡ 11 ਤੇ 5 ਜੀ,
11 ਤੇ 5 ਏ ਬੱਲੇ ਬੱਲੇ ਪੰਜਾਬ ਵਾਲਾ ਸੁਧੀਰ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੇ ਅੰਦਰ ਪਰ ਇਧਰਲੇ ਪਾਸੇ ਵੀ ਮੁੰਡੇ ਉਹ ਪਾਲਾਂ ਕਦੇ ਮੋੜੀ ਆਉਂਦੇ ਨੇ ਇੱਕ ਪਾਸੇ ਬਈਆ ਪਿੰਡਾਂ ਕਦੇ ਜੋਤੀ ਦਾ ਦੁਨੀਆ ਖੇਡ ਵਾਲੀਬਾਲ ਦਾ ਪ੍ਰਿੰਸ ਕਹਿੰਦੀ ਹੈ ਜਿਹਨੇ ਕਦੇ ਧੰਨ ਧੰਨ ਜਿਹੜੀ ਕਦੇ ਕਰਵਾਤੀ ਹੈ ਜਵਾਨੀ ਦਸੀ ਨੰਬਰ ਕਿੰਨੇ ਕਹਿੰਦੇ ਸੂਰਜ ਹੈਲੋ ਕਿੰਨੇ ਹੋ ਗਏ ਬਰਾਬਰ ਜੀਰੋ ਜੀਰੋ ਹੀ ਇੱਧਰ ਗਰਾਊਂਡ ਨੰਬਰ 2 ਦੇ ਜੀ ਲੈ ਵੀ ਇੱਧਰ ਲਵਪ੍ਰੀਤ ਉਹ ਤੇ ਬੋਲਦੀ ਪੈਸੇ ਲੈ ਜੂ ਪ੍ਰਧਾਨ ਨੀਟੂ ਉਧਰਲੇ ਪਾਸੇ ਨੀਟੂ ਪਾਣੀ ਵਾਲੇ ਬਾਬਾ ਲਈ ਵੱਡੇ ਜਿਹੜੇ ਮਾਣ ਪਿਆਰ ਨੇ ਨੱਥੂ ਵਾਲੀਆ ਤਰਸੇਮ ਪ੍ਰਧਾਨ ਭਰਾ ਸਾਡਾ 122 ਹੁੱਦਾ ਭਰਾ ਸਾਡਾ ਉਸ ਵੀਰ ਦੇ ਵੱਲੋਂ ਜਿਹੜੇ ਆਏ ਨੇ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਪਾਣੀ ਵਾਲਾ ਵੀਰ ਸਾਡਾ ਜਿਹੜਾ ਵੀ ਜ਼ਰੂਰ ਲੈ ਜੀ ਮੇਰਾ ਵੀਰ ਲਾਈਵ ਤੇ ਬਾਲੀਵਾਲ ਬਠਿੰਡਾ ਉਹਨਾਂ ਦੇ ਦਿੱਲੀਓ ਸਾਡੇ ਪਾਣੀ ਵਾਲੇ ਸੇਵਾਦਾਰ ਦੇ ਲਈ ਹੈ 100 ਦੇ ਬੰਦੇ ਜਿਹੜੇ ਮਾਨ ਪਿਆਰ ਪਹੁੰਚਦੇ ਕਰ ਦਿੱਤੇ ਗਏ ਹੈ ਸੇਵਾ ਵੀ ਬੜੀ ਵੱਡੀ ਹੈ ਤੇ ਇੱਧਰ ਜਿਹੜੇ ਹਿਸਾਬ ਦੇ ਨਾਲ ਪੰਜਾਬੀਆਂ ਨਾਲ ਗਿਆ ਨਾ ਸੈਂਟਰ ਦੇ ਵਿੱਚ ਤੇ ਮੈਨੂੰ ਸੁੱਖ ਵੀ ਜਾਪਦੀ ਨੰਬਰ 1 ਹੋਰ ਵੱਧ ਗਿਆ ਲੱਗਦਾ ਹੈ ਰਾਏਕੋਟ ਦੀ ਟੀਮ ਦੇ ਖਾਤੇ 'ਚ ਨਾਦੀ ਦੱਸੀ ਛੋਟੇ ਵੀਰ ਕਿੰਨੇ ਆ ਪੁਆਇੰਟ 14 14-5 ਵਾਹ ਜੀ ਵਾਹ ਵੱਡਾ ਫਰਕ ਹੈ 14-5 ਦੀ ਟੱਕਰ ਆ ਬਈ ਪਹਿਲਾਂ ਵੀ ਆਪਾਂ ਬੋਲਿਆ ਵੀ ਜਿਹੜਾ ਵੀ ਗਰਾਊਂਡ ਪਹਿਲਾਂ ਵਿਹਲਾ ਹੋ ਗਿਆ ਬਈ ਉੱਥੇ ਮੈਚ ਖਿਡਾਰੀ ਵੀ ਆਪਣੇ ਆਪ ਨੂੰ ਬਿਲਕੁਲ ਰੈਡੀ ਕਰ ਲੈਣਗੇ ਦੱਸੀ ਪੁਆਇੰਟ ਕਿੰਨੇ ਕਿੰਨੇ ਲਵਪ੍ਰੀਤ ਜੱਸਾ ਨਹੀਂ ਹੈ ਵੀਰੇ ਜੱਸਾ ਨਹੀਂ ਆਇਆ ਜੀ ਜੱਸਾ 13-4 ਬਈ 13-4 ਦਾ ਜਿਹੜਾ ਮੁਕਾਬਲਾ ਖੇਡਿਆ ਇਹ ਮੈਚ ਤੋਂ ਰਵੀ ਦੀ ਲੀਡ ਆ 3-4 ਨਾਲ ਵੀਰੇ ਉਧਰਲੇ ਪਾਸੇ ਦੇ ਤੇ 4 ਨੰਬਰ ਇਧਰਲੇ ਪਾਸੇ ਬਹਾਦਰ ਗੜੀਆ ਰਵੀ ਦੇ ਮਿੱਤਰੋ ਖੇਡਦੇ ਗਰਾਊਂਡ ਦੇ ਅੰਦਰ ਇਧਰਲੇ ਪਾਸੇ ਬਾਰੇਕਾ ਵਾਲਾ ਵਿਕਾਸ ਸੈਂਟਰ 'ਚ ਆ ਗਿਆ ਗੱਲਾਂ ਕਦੇ ਹੋਣ ਗਿਆ ਇੱਕ ਪਾਸੇ ਮਹਿਲ ਖੰਡ ਵਾਲਾ ਨਵਾਬ ਹੈ ਸੋਨੇ ਵਰਗੇ ਮੁੰਡੇ ਐਨ ਕਦੇ ਜਗਮੀਤ ਵਰਗੇ ਲਓ ਜੀ ਵੀਰੇ 100 ਰੁਪਏ ਆਪਾਂ ਕਰਨਾ ਪ੍ਰਧਾਨ ਲਈ ਪਹੁੰਚਦਾ ਜੀ ਦੇ ਮੈਦਾਨ ਦੇ ਅੰਦਰ ਨੀਟੂ ਹੁੰਦੇ ਵਾਲਾ ਦਾ ਪੂਰ ਤਰੀਕੇ ਨਾਲ ਨਰੇਸ਼ ਸ਼ਰਮਾ ਚੰਡੀਗੜ੍ਹ ਦੀ ਬੈਣਾ ਰੜ ਕੇ ਜੋ ਪਾਣੀ ਅੱਜ ਪੱਟ ਨੂੰ ਲੰਘਿਆ ਉਹਨੇ ਫੇਰ ਦੀ ਹੋਣਾ ਭੱਲ ਕੇ ਕਿਸ ਦੇ ਲੇਖੀ ਕੀ ਲਿਖ ਦਿੰਦਾ ਉਹੀ ਜਾਣਦਾ ਆਪੇ ਤੇ ਤਿੰਨ ਰੰਗ ਢੀ ਲੱਭਣੇ ਬੀਬਾ ਉਸਨੇ ਜਵਾਨੀ ਦੇ ਮਾਪੇ ਤਿੰਨ ਰੰਗ ਢੀ ਲੱਭਣੇ ਬੀਬਾ ਉਸਨੇ ਜਵਾਨੀ ਤੇ ਮਾਪੇ ਗੱਲਾਂ ਕਦੇ ਜਵਾਨੀ ਦੀਆਂ ਹੁੰਦੀਆਂ ਪਰ ਇਧਰਲੇ ਪਾਸੇ ਨੰਬਰ 5 ਮੁੰਡਿਆਂ ਦੇ 5 ਜੋੜਦਾ ਇੱਕ ਗੱਲ ਹੋਰ ਆ ਵੀ ਜੇ 2-4 ਪੁਆਇੰਟ ਹੋਰ ਵੱਧ ਗਏ ਤੇ ਫਿਰ ਮੁੰਡੇ ਖੱਜਲ ਬਾਤ ਕਰਨਗੇ ਇਹ ਮੁੰਡਿਆਂ ਦੀ ਕਹਿੰਦੇ ਸਿਫਤ ਆ ਵੀ ਟੀਮ ਭਾਵੇਂ ਜਿੱਡੀ ਮਰਜ਼ੀ ਹੋਵੇ ਤੇ ਮੁੰਡੇ ਦਲੇਰੀ ਨਾਲ ਬਾਤ ਖੇਡਦੇ ਆ ਔਖਿਆਂ ਦੇ ਖੇਡ ਦੇ ਮੈਦਾਨ 'ਚ ਪੜਾਕੇ ਪੈਂਦੇ ਆ ਤੇ ਕਾਕੇ ਖੇਡਦੇ ਆ ਵੀ ਐਵੇਂ ਨਾ ਜਿੱਦੇ ਮਾਣ ਬਹੁਤਾ ਦੌਲਤਾਂ ਦਾ ਕਰੀਏ ਤੇ ਬੋਲੀਏ ਨਾ ਬੋਲ ਮੰਦਾ ਰੱਬ ਕੋਲੋਂ ਡਰੀਏ ਔਰ ਮੂੰਹ ਨਿਕਲੀ ਗੱਲ ਨਾ ਮੂੰਹ ਵਿੱਚ ਪੈਂਦੀ ਤੇ ਜਦੋਂ ਬੰਦਾ ਪੈਰ ਛੱਕ ਜੇ ਉਹ ਗੁੱਡੀ ਚੜੀ ਅਸਮਾਨੋਂ ਡਿੱਗ ਪੈਂਦੀ ਹੈ ਗੁੱਡੀ ਚੜੀ ਅਸਮਾਨੋਂ ਡਿੱਗ ਪੈਂਦੀ ਹੈ ਤੇ ਜਦੋਂ ਬੰਦਾ ਪੈਰ ਛੱਡ ਜੇ ਲਓ ਸਾਹਮਣੇ ਕਦੇ ਨੰਬਰ 6 ਮੁੰਡਿਆਂ ਨੇ ਜੋੜ ਦਿੱਤਾ ਹੈ 6 ਤੇ ਸਾਹਮਣੇ ਕਦੇ ਬੱਲੇ ਬੱਲੇ ਜਿਹੜੀ ਕਰਵਾਈ ਤੁਰੇ ਹੁੰਦੇ ਆ ਇਧਰ ਗਰਾਊਂਡ ਨੰਬਰ 1 ਦੇ ਲਾਲਾ ਕਿੰਨੇ ਹੋ ਗਏ ਪੁਆਇੰਟ ਤੁਹਾਡੇ ਉਹ ਨਹੀਂ ਹੈ ਠੀਕ ਹੈ ਸ਼ੇਰੂ ਆਇਆ ਵੀਰੇ ਆਇਆ ਜੀ ਸ਼ੇਰੂ
ਵਾਹ ਬਈ ਵਾਹ, ਲਓ ਸਾਹਮਣੇ ਕਹਿੰਦੇ ਕਮਾਲ ਕਰਦੀ ਉਧਰਲੇ ਪਾਸੇ ਭਲਵਾਨ ਧੁੱਕੀ ਗੱਡੀ ਉਧਰ ਆਉਂਦਾ ਹੈ। ਇੱਧਰ ਸਾਡੇ ਬਾਈ ਮੰਦਰ ਬਾਠ ਜੀ ਬਹੁਤ ਵੱਡਾ ਯੋਗਦਾਨ ਅੱਜ ਦੇ ਵੱਡੇ ਕੱਪ ਦੇ ਲਈ, ਬੜੀ ਪਿਆਰੀ ਸ਼ਖਸੀਅਤ ਨੇ ਔਰ ਇਹਨਾਂ ਦਾ ਵਿਸ਼ੇ ਤਰ ਦੇ ਮਾਨ ਸਨਮਾਨ ਸਾਡੇ ਕਲੱਬ ਦੇ ਵੱਲੋਂ ਕੀਤਾ ਜਾ ਰਿਹਾ ਹੈ। ਬਾਈ ਮੰਦਰ ਬਾਠ ਜੀ ਇਹਨਾਂ ਦੇ ਵੱਲੋਂ ਵੀ ਸਾਨੂੰ ਅੱਜ ਦੇ ਵੱਡੇ ਕੱਪ ਦੇ ਲਈ ਬਹੁਤ ਵੱਡੇ ਯੋਗਦਾਨ ਜਿਹੜੇ ਆਏ ਹੈ। ਸੋ ਮੇਰਾ ਵੀਰ ਇਹ ਵੀ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰ ਲਓ ਜੀ। ਬਹੁਤ ਬਹੁਤ ਧੰਨਵਾਦ ਬਾਈ ਮੰਦਰ ਬਾਠ ਜੀ, ਵਿਸ਼ੇ ਤਰ ਦੇ ਮਾਨ ਸਨਮਾਨ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਹੈ ਔਰ ਰੱਬ ਹੋਰ ਵੀ ਤਰੱਕੀਆਂ ਬਖਸ਼ੇ। ਯਾਰ ਇੱਧਰ ਹੌਲੀ ਹੌਲੀ ਕਿੰਨੇ ਕਿੰਨੇ ਹੋ ਗਏ ਜੀ, ਲਾਭੀ ਦੇ ਕਿੰਨੇ ਆ, ਸੱਤ ਹੋ ਗਏ, ਸੱਤ ਦੇ ਤੇਰਾਂ, ਠੀਕ ਹੈ ਲਾਭੀ ਸੱਤ ਦੇ ਤੇਰਾਂ ਹੋ ਗਏ, ਹੌਲੀ ਹੌਲੀ ਕਰਕੇ ਵਾਪਸੀ ਕਰ ਗਏ ਮੁੰਡੇ, ਸੱਤ ਵਿਕਾਸ ਨਵਾਬ ਬਣ ਗਏ ਨੇ ਸੁਖਰਾਂ ਦੀ ਟੀਮ ਆ ਰਿਹਾ ਹੈ। ਇੱਕ ਵਾਰੀ ਰਵੀ ਮਾਦਰਗੜ ਦੇ ਮੁੰਡੇ ਸੁਖਰਾਣੀ ਦੇ ਟਰੈਕ ਤੇ ਆ ਗਏ ਫੇਰ, ਉਹ ਕਦੇ ਧੱਤਨ ਹੋ ਗਈ ਆ ਗਾਲ, ਹੁਣ ਮਨਸੂਬੇ ਨੇਕ ਤੇ ਬੰਦਾ ਕੀ ਨੀ ਕਰ ਸਕਦਾ, ਤੇ ਕੱਕ ਵਾਲੀ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ, ਤੇ ਉਸ ਡਾਢੇ ਵੇਲਣ ਲੱਗ ਕੀ ਬੇੜੀ ਬਾਲੀਵਾਲ ਬਠਿੰਡਾ ਹੀ ਭਰਨਾ ਤੁਸੀਂ ਬਸ ਬਾਲੀਵਾਲ ਬਠਿੰਡਾ, ਉਹ ਗੁੱਡੀ ਚੜ੍ਹਦੀ ਹੁੰਦੀ ਆ ਤੌਰ ਦੇਖ ਕੇ ਹਿੱਕ ਲੋਕਾਂ ਦੀ ਰੜਦੀ ਹੁੰਦੀ ਆ, ਤੇ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ। ਮੈਂ ਤਗੜਾ ਨੰਬਰ 8 ਤੋਂ 9 ਹੁਣ ਕੌਣ ਕਰੂਗਾ, ਤੇ ਜਾਂ 13 ਤੋਂ 14 ਕਿਤੇ ਕਹਿੰਦੇ ਟਾਈਮ ਟਾਈਮ ਦੀ ਗੱਲ ਆ ਵੀ ਕੌਣ ਕੌਣ ਦਿੰਦਾ ਸਾਡੇ ਹੱਥ 'ਚ ਗਵਾਈ, ਤੇ ਕੌਣ ਕੌਣ ਚਾਹੁੰਦਾ ਸਾਡੀ ਦੇਖਣੀ ਦਵਾਈ, ਕਿਹਦੇ ਕਰਦੇ ਆ ਪਿੱਠ ਪਿੱਛੇ ਵਾਰ, ਉਹ ਪੁੱਤਰਾਂ ਨੂੰ ਸਭ ਖਬਰਾਂ ਕੋਈ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ, ਮਿੱਤਰਾਂ ਨੂੰ ਸਭ ਖਬਰਾਂ। ਮੈਂ ਵੀ ਨਾ ਗਏ ਲਾਰੀ ਨੇ ਟੀਮ ਤਿਆਰ ਕੀਤੀ ਹੈ, ਤੇ ਇਧਰਲੇ ਪਾਸੇ ਉਹ ਮੁੰਡੇ ਕਹਿੰਦੇ ਕਾਲੀ ਵਾਲੇ ਪਿੰਡ ਦੇ ਖਿਡਾਰੀ ਹੈ, ਬਹੁਤ ਤਗੜਾ ਖੇਡੀ ਆਉਂਦੇ ਆ, ਬਹੁਤ ਵੱਡਾ ਪ੍ਰਦਰਸ਼ਨ ਕਰੀ ਆਉਂਦੇ ਮੁੰਡੇ, ਤੇ ਲੱਗਿਆ ਹੋਇਆ ਜ਼ੋਰ ਦੋਨੋਂ ਟੀਮਾਂ ਦੇ ਖਿਡਾਰੀਆਂ ਦਾ। ਸਹਿਜ ਇੱਧਰ ਵਧਿਆ ਬਈ ਪੁਆਇੰਟ ਗੱਡੀ, ਕੇਰੀਆਂ ਦੇ ਦੀਵਾਨ ਖੇੜਾ, ਇਹ ਵੀ ਮੁੰਡੇ ਬਾਈ ਆਪਣੇ ਆਪ ਨੂੰ ਰੈਡੀ ਕਰ ਲਓ ਵੀ ਕੇਰੀਆਂ ਦੇ ਦੀਵਾਨ ਖੇੜਾ ਜਿਹੜਾ ਵੀ ਗਰਾਊਂਡ ਪਹਿਲਾਂ ਵਿਹਲਾ ਹੋਊਗਾ ਮੈਚ ਆਪਾਂ ਉੱਥੇ ਹੀ ਜਿਹੜਾ ਇਹ ਕਰਵਾ ਦੇਣਾ ਹੈ। ਉਸ ਤੋਂ ਬਾਅਦ ਉਹ ਕਹਿੰਦੇ ਫੈਸਲੇ ਤੇ ਹੋ ਜਾਣਗੇ ਵੀ ਫੈਸਲੇ ਅਧੂਰੇ, ਕਦੇ ਮਾਰਦੇ ਵੀ ਡੰਗ ਜੰਡੋਏ ਜਾਂ ਭੜਪ ਬਈ, ਤੇ ਮਿੱਤਰ ਨੂੰ ਨਾਗਾਂ ਚੋ ਖੜੱਪੇ ਸੱਪ ਬਈ, ਲੱਗਿਆ ਨੇ ਵਾਲਾ ਚੋਦਾ ਸੱਚ ਕਹਿ ਗਿਆ, ਅੱਜ ਦੇਖਾਂਗੇ, ਅੱਜ ਦੇਖਾਂਗੇ ਸਨੇਰ ਚੋਂ ਕੱਪ ਜਿੱਤ ਕੌਣ ਲੈ ਗਿਆ। ਲਓ ਸਰਵਿਸ ਇਧਰਲੇ ਪਾਸੇ ਫੇਰ ਚੇਂਜ ਹੋ ਗਈ ਆ, ਉਧਰ ਮੁੰਡੇ ਰਾਮਕੋਟ ਵਾਲੇ ਵਾਪਸੀ ਤੇ ਕਰਦੇ ਪਏ ਆ ਪੰਜਾਬ ਵਾਲਿਆ, ਦੇਖਦੇ ਕਈ ਨਾਗੇ ਤੇ ਲੋਕੀ ਗੱਲਾਂ ਕਰਦੇ ਵੀ ਮੁੰਡੇ ਚ ਹੁਣ ਗੱਲ ਜਿਹੜੀ ਰਹੀ ਨੀ ਹੈ, ਤੇ ਲੋਕਾਂ ਦੇ ਮੂੰਹਾਂ ਤੇ ਉਹ ਸੋਨਾ ਵੀਰਾ ਚੇਪੀਆਂ ਲਾਉਣੀਆਂ ਪੈਣਗੀਆਂ, ਤਿਆਰੀ ਫੜ ਲਾ ਨੰਬਰ ਜੋੜਨੇ ਪੈਣਗੇ ਆਪਣੀ ਟੀਮ ਦੇ ਲਈ, ਉਹ ਕਦੇ ਜ਼ੋਰ ਲੱਗਿਆ ਹੋਇਆ ਵੀ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਯਾਰੋ।
ਸਾਨਾ ਵਾਲਾ ਭੇੜ ਪਈ ਹੈ, ਹੋਏ ਦੇ ਵਿੱਚ ਹੁੰਦਾ ਯਾਰ ਉਹ ਸਾਨਾ ਵਾਲਾ ਭੇੜ ਪਈ ਹੈ, ਬੱਲੇ ਬੱਲੇ ਜਿਹੜੀ ਕਦੇ ਹੋਈ ਪਈ ਹੈ ਬਹਾਦਰ ਗੜੀਆ ਰਵੀ ਕਦੇ ਮੇਰੇ ਮਿੱਤਰੋ ਐਨ ਮੁੰਡਾ ਕਹਿਰ ਕਰੀ ਤੁਰੇ ਆਉਂਦਾ ਹੈ, ਪਰ ਇੱਧਰਲੇ ਪਾਸੇ ਇੱਕ ਇੱਕ ਕਰਕੇ ਮੁੰਡੇ ਸੁੱਖਣ ਵਾਲੀਏ ਵੀ ਕਦੇ ਅੱਗੇ ਵੱਲ ਨੂੰ ਜਿਹੜੇ ਵੱਧ ਰਹੇ ਨੇ, ਇਹ ਵੀ ਮੁੰਡੇ ਕਦੇ ਚੰਗੇ ਉਸਤਾਦਾਂ ਦੇ ਜਿਹੜੇ ਚੰਗੇ ਚੇਲੇ ਨੇ, ਸੋਨੇ ਵਰਗੇ ਇੱਕ ਲੰਬੀ ਪਾਰੀ ਖੇਡਦੇ ਆ ਰਹੇ ਨਾ, ਖੇਡਦੇ ਮੈਦਾਨਾਂ ਦੇ ਅੰਦਰ ਸੈਂਟਰ 'ਚ ਕਦੇ ਬਾਰੇਗਾਂ ਵਾਲਾ ਵਿਕਾਸ ਖੇਡਦਾ ਹੈ, ਗੱਲਾਂ ਕਦੇ ਵੱਡੀਆਂ ਹੋਣ ਗਿਆ, ਮੈਚ ਜਿੱਤ ਗਏ ਤੇ ਮਾਣ ਸਨਮਾਨ ਵੀ ਕਦੇ ਵੱਡੇ ਜਿਹੜੇ ਹੋਣਗੇ, ਮੈਚ ਇੱਕ ਤੇ ਵੀ ਤਕੜਾ ਤੇ ਦੋ ਨੰਬਰ ਗਰਾਊਂਡ 'ਤੇ ਵੀ ਮੁੰਡਿਆਂ ਦਾ ਕਦੇ ਜ਼ੋਰ ਪੂਰਾ ਲੱਗਿਆ ਹੈ, ਹਰ ਕਹਿੰਦੇ ਮੇਰੇ ਮਿੱਤਰ 3 ਨੰਬਰ ਗਰਾਊਂਡ 'ਤੇ ਵੀ ਮੁੰਡੇ ਰਾਜਕੋਟ ਵਾਲੇ ਉਹ ਕਹਿੰਦੇ ਬੜੇ ਫਿੱਟ ਆ, ਦੂਜੇ ਪਾਸੇ ਅੱਜ ਵੀ ਢਾਕੇ ਦਾ ਪਿੰਡ ਆ ਕਦੇ ਰਾਮਕੋਟ ਜ਼ਿਲ੍ਹੇ ਫਾਜ਼ਿਲਕਾ ਦੀਆਂ ਕਹਿੰਦੇ ਹੱਦਾਂ ਸਰਹੱਦਾਂ ਤੋਂ ਟੀਮ ਜਿਹੜੀ ਆਈ ਹੋਈ ਹੈ ਵੀ ਪੱਠਿਆਂ 'ਚੋਂ ਤਾਤੀ ਗੁੰਮਣ ਦਾ ਸਾਡੇ ਘਰ ਵਿੱਚ ਪੈ ਜੇ ਸੋਗ ਰਿਹਾ ਤੇ ਬਿਜਲੀ ਦੇ ਬਿੱਲ ਆਵਣ ਦਾ ਸਾਨੂੰ ਭੈ ਮਾਰਗਾਂ ਦੇ ਭੋਗ ਜਿਹਾ ਤੇ ਸਾਡੇ ਸਦਾ ਸੁਹਾਗਣ ਨਹੀਂ ਵਸਦੀ ਸਾਡੇ ਚੂੜੇ ਜਾਂਦੇ ਖਿੰਡ ਕੁੜੇ ਤੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਕੁੜੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਕੁੜੇ ਪਰ ਬਾਈ ਯਾਰ ਸੁਖਣਾ ਦੀ ਟੀਮ ਲਈ ਹੈ ਇੱਕ ਵਾਰੀ ਤਾੜੀ ਦਾ ਮਾਰ ਦੋ ਯਾਰ ਵਾਸੀ ਕਰਕੇ ਆ ਮੁੰਡੇ ਹੌਲੀ ਹੌਲੀ ਕਰਕੇ ਨੇੜੇ ਤੇੜੇ ਲੱਗ ਗਏ ਆ ਮੁੰਡੇ ਸੁੱਖਿਆ ਉਹ ਸੋਨਿਆ ਫਰ ਲਾ ਤਿਆਰੀ ਕਹਿੰਦੇ ਜਗਮੀਤ ਨੂੰ ਵੀ ਜਿਹੜੇ ਬਾਹਰੋਂ ਸੱਦੇ ਉਹਦੇ ਕੰਮ ਆਪਣਾ ਕਰੀ ਆਉਂਦੇ ਆ ਹੁਣ ਤੇ ਆਪਾਂ ਨੂੰ ਜ਼ੋਰ ਜਿਹੜਾ ਲਾਉਣਾ ਪੈਣਾ ਲਾਭੀ ਦੇ ਕਿੰਨੇ ਹੋ ਗਏ 11 13 ਦੀ ਕੋਈ ਗੱਲ ਨੀ ਕੋਈ ਗੱਲ ਨੀ ਵੀਰੇ ਅੰਗਰੇਜ਼ੀ ਘੱਟ ਆਉਂਦੀ ਆਪਾਂ ਨੂੰ ਬਾਈ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਡਣਾ ਕਦੇ ਕੱਖੋ ਹੋਲੇ ਨਾ ਕਮਾਈਆਂ ਰਹਿੰਦੀਆਂ ਤੇ ਸਦਾ ਨੀ ਹਾਲਾਤ ਸਦਾ ਨਹੀਂ ਜੋ ਬੰਦਿਆ ਹੋਈ 12-13 ਹੋ ਗਏ ਬਾਈ ਕਿੱਡਾ ਫਰਕ ਸੀਗਾ ਯਾਰ ਮੈਚ ਬਰਾਬਰੀ ਤੇ ਆ ਗਿਆ ਤੇ ਸਨੇਰ ਵਾਲੇ ਤਾੜੀ ਵਾਲੇ ਕੀ ਖਿਆਲ ਆ ਯਾਰ ਤਾੜੀ ਮਾਰ ਦੋ ਜ਼ੋਰਦਾਰ ਉਹ ਕਹਿੰਦੇ ਬਰਾਬਰੀ ਤੇ ਆ ਗਏ ਮੁੰਡੇ ਵੀ ਇੱਕ ਮੱਝਾ ਗੁੜ ਰੱਖਦੀ ਆ ਹੱਥ ਤੇਰੇ ਮੋਢੇ ਤੇ ਸੱਜਾ ਗੋਡਾ ਰੱਖ ਪੈਂਦੀ ਆ ਖੱਬੇ ਕੋਟੇ ਤੇ ਜੇ ਤੈਨੂੰ ਰਾਹ ਆਉਣੇ ਨੂੰ ਨਾ ਸਾਲਿਆ ਉਹ ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤੇ ਤੂੰ ਕੀ ਜਾਣੇਗਾ ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤੇ ਤੂੰ ਕੀ ਜਾਣੇਗਾ ਇੱਧਰ ਦੀਵੇ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ ਪਰ ਕੱਲੇ ਕੱਲੇ ਦੀ ਹਿੱਕ ਤੇ ਅੱਜ ਦੋ ਜਾਣਾਂਗੇ ਸੁੱਖਣਾ ਦੀ ਇਹ ਕਹਿੰਦੇ ਆ ਵੀ ਦੀਵੇ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ ਪਰ ਕੱਲੇ ਕੱਲੇ ਦੀ ਹਿੱਕ ਤੇ ਅੱਜ ਤੇ ਦੋਦੇ ਲਾਵਾਂਗੇ ਤੇ ਬਹਾਦਰ ਗੜੀਏ ਦਾ ਕਦੇ ਜੀ ਲੱਗਣੋਂ ਹਟ ਗਿਆ ਗਰਾਊਂਡ ਦੇ ਵਿੱਚ ਮੈਚ ਤੇ ਬਾਲਾ ਚੋਟੀ ਦਾ ਸੂਰਜਾ ਇੱਕ ਪੁਆਇੰਟ ਦਾ ਫਰਕ ਜਿਹੜਾ ਬਾਕੀ ਆਪਣੇ ਕਦੇ ਇੱਕ ਨੰਬਰ ਦਾ ਫਰਕ ਜਿਹੜਾ ਕਹਿੰਦੇ ਬਾਕੀ ਆ ਤਿਆਰੀ ਜਿਹੜੀ ਕਦੇ ਫੜਨੀ ਪੈਣੀ ਆ ਪਾਊ ਬਾਲਾਂ ਜਿਹੜੀਆਂ ਕਦੇ ਫੜਨੀਆਂ ਪੈਣਗੀਆਂ ਲਓ ਸਾਹਮਣੇ ਕਦੇ ਬਹਾਦਰ ਗੜੀਏ ਦਾ ਜੀ ਨਹੀਂ ਲੱਗਦਾ ਹੁਣ ਵਾਟਾਂ ਵੀ ਕਦੇ ਦੂਰ ਦੀਆਂ ਨੇ ਵੀ ਪੈਂਦੇ ਦੂਰ ਪਿਛੋਰਾਂ ਦੇ ਬਾਕੇ ਖੜੀ ਰਾਹ ਪੁੱਛਦੀ ਲਾਹੌਰਾਂ ਦੇ ਗੱਲਾਂ ਹੋਣਗੀਆਂ ਜੇ ਇੱਥੋਂ 19 ਹੋ ਗਈ ਬੱਲੇ 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 ਬੱਲੇ
ਬਾਕੀ ਮੋੜ ਕੇ ਜੇਬ ਚ ਪਾਲਾ ਇੱਕੋ ਤੇਰਾ ਲੱਖ ਵਰਗਾ ਆਓ ਬਾਕੀ ਮੋੜ ਕੇ ਜੇਬ ਚ ਪਾਲਾ ਨਜ਼ਾਰਾ ਕਹਿੰਦੇ ਬਚ ਗਿਆ ਮੇਰੇ ਮਿੱਤਰੋ ਨੰਬਰ 12 ਤੇ ਆ ਗਿਆ ਲਾਤਰੀ ਦਾ ਬਰਾਬਰ ਨਾਲ ਗੁਰਾਂ ਦੇ ਪ੍ਰੀਤਾਂ ਪਾਲਾ ਗੁਰੂ ਘਰ ਦਾ ਸਪੀਕਰ ਬੋਲੇ ਵੀ ਤੱਕੜੀ ਨਾਨਕ ਦੀ ਦੀਵਾਨ ਖੇੜਾ ਗਰਾਊਂਡ ਨੰਬਰ 3 ਦੇ ਬਿਲਕੁਲ ਨੇੜੇ ਆ ਗਈ ਕੇਰੀਆਂ ਤੇ ਦੀਵਾਨ ਖੇੜਾ ਕਿੰਨੇ ਪੁਆਇੰਟ ਇੱਧਰ ਸਹਿਜ ਜਲਦੀ ਦੇ ਨਾਲ ਮੈਚ ਉਧਰਲੇ ਪਾਸੇ ਵੀ ਕਦੇ ਸੋਹਣਾ ਪਰ ਇੱਕ ਦੋ ਨੰਬਰ ਗਰਾਊਂਡ ਦਾ ਮੈਚ ਉਸ ਸਾਹਮਣੇ ਨੰਬਰ 14 ਮੁੰਡਿਆਂ ਨੇ ਕਿਤੇ ਜੋੜ ਦਿੱਤਾ ਇਸ ਸਮੇਂ ਗਰਾਊਂਡ ਦੇ ਅੰਦਰ 14 ਤੇ 13 ਵਜੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਲੈ ਵੀ ਤਿਆਰੀ ਹੁਣ ਬਹਾਦਰ ਗੜੀਆ ਫੜਨੀ ਪੈਣੀ ਹੈ ਤੇਰੇ ਤੇ ਕਦੇ ਮਾਣ ਕੀਤਾ ਹੈ ਇੱਕ ਪਾਸੇ ਕਦੇ ਸਰਾਲੀ ਪਿੰਡਾਂ ਮੌਲਕ ਦਾ ਤੇ ਚਾਚੇ ਜਿਹੜੇ ਕਦੇ ਕਰਵਾਉਣੇ ਪੈਣਗੇ ਇੱਧਰਲੇ ਪਾਸੇ ਕਦੇ ਮੱਖਣ ਹੋਣ ਦਾ ਜੀ ਨਹੀਂ ਲੱਗਦਾ ਜੇ ਇੱਕ ਦਾ ਨੰਬਰ ਹੋਰ ਜੁੜ ਗਿਆ ਤੇ ਗੱਲਬਾਤ ਮਿੱਤਰਾਂ ਕਦੇ ਵੱਡੀ ਬਣ ਜਾਣੀ ਹੈ ਗੱਲ ਤੇ ਵੱਡੀ ਬਣੀ ਪਈ ਆ ਟਾਊ ਉਹ ਸਾਰੇ ਪੈਸੇ ਤੇਰੇ ਪੈਰਾਂ ਚ ਆ ਇੱਕ ਅੱਧੀ ਥਰ ਤੇ ਆਉਂਦੀ ਜਾਂਦੀ ਤੇ ਗੱਲ ਜਿਹੜੀ ਟਿਕਾਣੇ ਲੱਗ ਜਾਣੀ ਹੈ ਪਰ ਇਹ ਵੀ ਕਹਿੰਦੇ ਚੰਗੇ ਉਨੀਆਂ ਦਾ ਮੈਚ ਹਾਲੇ ਦੇ ਦਿੱਲੀ ਦੂਰ ਵੜੀਆ ਉਹ ਹਾਲੇ ਦੇ ਦਿੱਲੀ ਦੂਰ ਆ ਬੜੀ ਮੁਕਾਬਲੇ ਕਹਿੰਦੇ ਸਾਰੇ ਦੇ ਸਾਰੇ ਬੜੇ ਟੌਪ ਦੇ ਜਿਹੜੇ ਖੇਡੇ ਜਾ ਰਹੇ ਦੁਨੀਆਂ ਤੱਕਦੀ ਆ 14 ਤੋਂ 15 ਹੋਣਗੇ ਸਾਰੇ ਜਿਹੜੇ ਵਕਤ ਦੇ ਫੈਸਲੇ ਕਰਦੇ ਆ ਲਓ ਸਾਹਮਣੇ 14 ਤੋਂ 15 ਇਸੇ ਗੱਲ ਨਾਲ ਹੀ ਹੋਣੇ ਆ ਉਧਰਲੇ ਪਾਸੇ 13 ਤੇ ਚੱਕੇ ਜਿਹੜੇ ਜਾਮ ਕਰਦੇ ਆ ਮੁੰਡਿਆਂ ਨੇ ਬੱਲੇ ਬੱਲੇ ਜਿਹੜੀ ਕਦੇ ਹੋਈ ਪਈ ਆ ਖੇਡਦੇ ਗਰਾਊਂਡ ਦੇ ਅੰਦਰ ਆਪਾਂ ਵੇਖਾਂਗੇ ਹੁਣ ਕਿਹੜੇ ਖਿਡਾਰੀ ਨੇ ਜਿਹੜਾ ਨੰਬਰ ਜੋੜਨਾ ਗੱਲਾਂ ਬਾਤਾਂ ਕਿਤੇ ਵੱਡੀਆਂ ਨੇ ਮੈਚ ਇਧਰਲੇ ਪਾਸੇ ਵੀ ਉਹ ਸਿਰੇ ਦਾ ਪਰ ਸਾਹਮਣੇ ਜੋਟੀ ਬਾਲ ਜਿਹੜੀ ਆ ਅੱਜ ਕੱਲ ਕਹਿੰਦੇ ਮਾਨ ਸਨਮਾਨ ਇੱਕ ਵਾਰੀ ਸੋਨੇ ਲਈ ਵੀ ਇਹ ਤਾਰੀ ਜ਼ਰੂਰ ਮਾਰ ਦੋ ਮੇਰਾ ਭਰਾ ਬਣ ਕੇ ਬੇਨਤੀ ਹੈ ਉਹ ਕਹਿੰਦੇ ਵੱਖਰਾ ਅੰਦਾਜ਼ ਆ ਮੁੰਡੇ ਦਾ ਤੇ ਜਦੋਂ ਬਾਲ ਤੇ ਹੱਥ ਵੱਜਦੇ ਨਾ ਸੋਨੇ ਦੇ ਤੇ ਬਾਲ ਨੂੰ ਵੀ ਪਤਾ ਲੱਗਦਾ ਹੋਣਾ ਵੀ ਕਿਸੇ ਬੰਦੇ ਦੇ ਹੱਥ ਵੱਜੇ ਆ ਇੱਧਰ ਕਹਿੰਦੇ ਵਿਕਾਸ ਗਲਤੀ ਕਰ ਗਿਆ ਉੱਧਰ ਨਗ ਸਿੱਧੂ ਆ ਵੱਡਿਆਂ ਪ੍ਰਮੋਟਰਾਂ ਦੇ ਵਿੱਚ ਕਹਿੰਦੇ ਛੋਟੀ ਉਮਰੇ ਨਾਮ ਦਰਜ ਕਰਾ ਲਿਆ ਵੀਰ ਨੇ ਤੇ ਨਵਾਬ ਦੀਆਂ ਦੋ ਸਮੇਸ਼ਾਂ $150 ਦੀਆਂ ਹੋਣਗੀਆਂ ਮੇਰੇ ਮਿੱਤਰੋ ਵੱਡਾ ਧੰਨਵਾਦ ਮੈਂ ਦੇ ਕਰਾਂਗਾ ਨਾਗਾ ਕਦੇ ਕੈਲਗਰੀ ਵਾਲਾ ਮੇਰੇ ਮਿੱਤਰੋ ਔਰ ਕਦੇ ਗੱਲਾਂ ਬਾਤਾਂ ਸਿਰਿਆ ਮੇਰੇ ਮਿੱਤਰੋ ਇਧਰਲੇ ਪਾਸੇ ਜੋਰ ਲੱਗਿਆ ਹੋਇਆ ਵੀ ਸਾਥੋਂ ਤਾਂ ਮੋਬਾਈਲਾਂ ਚ ਨੀ ਪੈਂਦੀ ਇੰਦੀ ਤੇ ਪਾਉਣ ਵਾਲੇ ਸਰੀ ਚ ਟਰਾਲੇ ਪਾ ਕੇ
ਅਸੀਂ ਕਿਹੜਾ ਲਾਗੀ ਹੱਥੇ ਕਾਰ ਘੱਲੇ ਸੀ ਰਾਹੂ ਕੇਤੂ ਉਹ ਬਿਨਾ ਪੁੱਛੇ ਘਰ ਆ ਗਏ ਤੇ ਸੁਪਨੇ ਚ ਕਾਹਦੋ ਮੇਰੇ ਰੋੜ ਕੁੱਤੀਆਂ ਟੱਪਾ ਕਾਹਦੋ ਦਿਸੇ ਸਲਖਾਸ ਜ਼ਹਿਰ ਦਾ ਕੌਰ ਨਾਲ ਦੇਖੀ ਮੇਰੇ ਹੱਥ ਪੰਡਤਾ ਲੱਭ ਕਿਤੋਂ ਨਕਸ਼ਾ ਹੋ ਕਨੇਡਾ ਸ਼ਹਿਰ ਦਾ ਲੱਭ ਕਿਤੋਂ ਨਕਸ਼ਾ ਕਨੇਡਾ ਸ਼ਹਿਰ ਦਾ ਗੱਲਾਂ ਬਾਤਾਂ ਕਦੇ ਹੁੰਦੀਆਂ ਨੇ ਉਧਰਲੇ ਪਾਸੇ ਨਾ ਦੱਸੀ ਤੂੰ ਕੈਲਗਰੀ ਭਰਾ ਸਾਡਾ ਕਹਿੰਦਾ ਵੀ ਆਪਣੇ ਵੱਲੋਂ ਜਿਹੜੇ $200 ਦਿੱਤੇ ਜਾਣਗੇ ਨਵਾਬ ਦੀਆਂ ਦੋ ਸਮੈਸ਼ਾਂ $200 ਦੀਆਂ ਹੋਣਗੀਆਂ ਵੱਡੇ ਪ੍ਰਮੋਟਰ ਵੱਡੇ ਕਹਿੰਦੇ ਸਪੋਰਟਰ ਅੱਜ ਦੇ ਇਸ ਖੇਡ ਟੂਰਨਾਮੈਂਟ ਨਾਲ ਜਿਹੜੇ ਲਾਈਵ ਜੁੜ ਗਏ ਨੇ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਇੱਧਰਲੇ ਪਾਸੇ ਕਹਿੰਦੇ ਇੱਧਰਲੇ ਪਾਸੇ ਮੁੰਡੇ ਬੱਲੇ 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 ਤਗੜੀ ਬਾਲ ਨਵਾਬ ਵੱਲੋਂ ਕਮੈਂਟਰੀ ਦੇ ਦਰਸ਼ਾਂ ਤਲਵੰਡੀ ਦੇ ਸੂਰਜ ਕੇਰੀਆਂ ਵੀ ਫਿਰਦਾ ਕਿੰਨੇ ਹੋ ਗਏ ਦੱਸਦਾ ਨਾ ਕੋਈ ਨਾ 15 16 ਬਈ ਉਨੀਆਂ ਦੀ ਗੇਮਾਂ 16 ਹੋ ਗਏ 16 13 ਹੋ ਗਏ ਬਈ 16 13 ਦੀ 13 ਦੀ ਜਿਹੜੇ ਚੱਕੇ ਜਾਮ ਨੇ ਬਲਗੜੀਆ ਹੁਣ ਕਦੇ ਬਾਲਾਂ ਜਿਹੜੀਆਂ ਕਦੇ ਲੋੜੀਆਂ ਪੈਣਗੀਆਂ ਫੇਰ ਜਾ ਕੇ ਜਿਹੜਾ ਮੁੰਡੇ ਹਾਂਜੀ ਪਰਲੇ ਪਾਸੇ ਰਵੀ ਆ ਬਰੇ ਪਰਲੇ ਪਾਸੇ ਨੰਬਰ ਜਿਹੜੇ 16 ਮੁੰਡਿਆਂ ਨੇ ਜੋੜ ਦਿੱਤੇ ਆ ਅਗਲੀ ਸਰਵਿਸ ਕਰਨ ਲਈ ਵਿਕਾਸ ਕਹਿੰਦੇ ਤਿਆਰੀ ਕਰਵਾਣਾ ਕਹਿੰਦੇ ਤਿਆਰ ਬਰ ਤਿਆਰ ਆ ਆਹ ਲੋਕਾਂ ਗੱਲਾਂ ਕਰਨੀਆਂ ਵੀ ਚਰਚਾ ਦੇ ਬਾਹਰੀ ਹੋਈ ਸੀ ਵੀ ਬਹਾਦਰਗੜੀਆ ਸੱਦਿਆ ਪਰ ਗੱਲ ਬਣੀ ਨੀ ਹੁਣ ਤੇ ਨਾ ਉਹ ਵੇਲਾ ਰਵੀ ਤੇ ਨਾ ਉਹ ਵੇਲਾ ਲੋਕਾਂ ਕਹਿਣਾ ਵੀ ਕਮਾਲ ਹੋ ਗਈ ਹੈ ਮੇਰੇ ਮਿੱਤਰੋ ਵੀ ਆਪਣੇ ਤੰਤ ਚੀਨ ਦੀ ਕੰਧ ਜਿਹੀ ਮਜ਼ਬੂਤੀ ਨਾ ਤੇ ਜਦ ਕੋਈ ਸਿੰਗਲ ਹੈਂਡ ਵੀ ਲੱਗ ਜੇ ਐਦੋਂ ਕੋਈ ਗੱਲ ਕਸੂਤੀ ਨਾ ਉਧਰ ਨਾਗ ਸਿੱਧੂ ਕਹਿੰਦੇ ਕੈਲਗਰੀ ਵਾਲਾ ਉਹ ਵੀ ਕਹਿੰਦੇ ਲਾਈ ਤੇ ਆ ਵੀਰਸਾ ਦਾ ਕਹਿ ਰਿਹਾ ਵੀ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਤੇ ਗੱਦੂਆਂ ਦੀ ਉੱਤਰ ਸੇਮ ਪ੍ਰਧਾਨ ਦਾ ਸਾਡੇ ਪਾਣੀ ਵਾਲੇ ਵੀਰ ਦਾ ਸਨਮਾਨ ਆਪਾਂ $300 ਦੀਆਂ ਹੋਣਗੀਆਂ ਵੱਡੇ ਜਿਹੜੇ ਮਾਨ ਸਨਮਾਨ ਜਿਹੜੇ ਕਹਿੰਦੇ ਬਹਾਦਰਗੜੀਏ ਰਵੀ ਦੇ ਕੀਤੇ ਜਾਣਗੇ ਕੱਲੇ ਕੱਲੇ ਖਿਡਾਰੀ ਦਾ ਭਰਾ ਸਾਡਾ ਮਾਣ ਕਰਦਾ ਤੇ ਕਦੇ ਤਲਵੰਡੀ ਵਾਲੇ ਦਿਲਸ਼ਾਹ ਤੇ ਵੀ ਵੱਡੇ ਜਿਹੜੇ ਮਾਨ ਸਨਮਾਨ ਕੀਤੇ ਆ ਗੱਲਾਂ ਬਾਤਾਂ ਕਦੇ ਹੋਣਗੀਆਂ ਵੱਡੇ ਪ੍ਰਮੋਟਰਾਂ ਚ ਕਦੇ ਗਿਣਤੀ ਆਉਂਦੀ ਹੈ ਛੋਟੀ ਉਮਰ ਚ ਇਸ ਤੋਂ ਬਾਅਦ ਵੀ ਮੇਰੇ ਟੀਮਾਂ ਦੇ ਖਿਡਾਰੀ ਜਿਹੜੇ ਤਿਆਰ ਬਰ ਤਿਆਰ ਰਹਿਣਗੇ ਦੀਵਾਨ ਖੇਡਾ ਤੇ ਏਰੀਆ ਦਾ ਮੈਚ ਦਿਨ ਸਾਹਿਬ ਇਹ ਤੋਂ ਬਾਅਦ ਬਾਤਾਂ ਕਦੇ ਹੋਣਗੀਆਂ ਇੱਧਰਲੇ ਪਾਸੇ ਹੌਲੀ ਹੌਲੀ ਕਰਕੇ ਮੁੰਡੇ ਗੱਲਬਾਤ ਕਦੇ ਲਾਈ ਆਉਂਦੇ ਨੇ ਟਿਕਾਣੇ ਤੇ ਚਰਚੇ ਜਿਹੜੇ ਕਦੇ ਵੱਡੇ ਨੇ ਲਓ ਸਾਹਮਣੇ ਛੋਟੀ ਛੋਟੀ ਗਲਤੀਆਂ ਦੇ ਖਮਿਆਜੇ ਕਦੇ ਵੱਡੇ ਭੁਗਤਣੇ ਪੈਂਦੇ ਆ ਮੁੰਡਾ ਨਾ ਚਾਹੁੰਦੇ ਵੀ ਗਲਤੀ ਕਦੇ ਵੱਡੀ ਕਰ ਗਿਆ ਤੇ ਸਾਹਮਣੇ ਨੰਬਰ ਇੱਕ ਹੋਰ ਜਿਹੜਾ ਕਹਿੰਦੇ ਮੁੰਡਿਆਂ ਨੇ ਜੋੜ ਦਿੱਤਾ ਹੈ ਰਾਏਪੁਰ ਦੀ ਟੀਮ ਦੇ ਹਿੱਸੇ ਜਿਹੜਾ ਨੰਬਰ ਦਾ ਵਾਧਾ ਲੈ ਵੀ ਇੰਦਰ ਕਿੰਨੇ ਕਿੰਨੇ ਸੀ ਅਜੇ 3 ਨੰਬਰ ਗਰਾਊਂਡ ਦਾ ਵੀ ਮੈਚ ਉਧਰਲੇ ਪਾਸੇ 7 ਨੰਬਰ 6 ਆ ਬਈ ਛੇ ਤੇ ਇੱਧਰਲੇ ਪਾਸੇ ਨੰਬਰ ਜਿਹੜਾ ਕਹਿੰਦੇ ਲਾਸਟ ਬਾਕੀ ਹੈ ਜਿੱਤਾਂ ਹਾਰਾਂ ਦੇ ਫੈਸਲੇ ਜਿਹੜੇ ਕਦੇ ਹੋਣਗੇ ਵੀ ਚੀਰ ਦਿੰਦੇ ਆ ਪਹਾੜ ਖੁੱਦਾ ਜਿੰਨਾ ਚ ਜਨੂਨ ਰਹਿ ਕੇ ਮੰਜ਼ਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਵੀ ਹੁੰਦੇ ਕਦੇ ਮਰਦ ਦਲੇਰ ਤੇ ਤੁਸੀਂ ਹੌਸਲੇ ਬਣਾ ਕੇ ਪੂਰੇ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬੱਲੇ ਬੱਲੇ ਬੱਲੇ
ਬਾਲਿਕਾ ਵਾਲਾ ਵਿਕਾਸ ਕਹਿੰਦੇ ਨੰਬਰ 19 ਦੇ ਮਿੱਤਰੋ ਆਪਣੀ ਟੀਮ ਦੇ ਲਈ ਦੌੜ ਗਿਆ ਹੈ। ਭਾਈ ਯਾਰ ਜਿਹਨੂੰ ਜਿਹਨੂੰ ਵਿਕਾਸ ਦੀ ਖੇਡ ਵਧੀਆ ਲੱਗੀ, ਕਟਾੜੀ ਵਿਕਾਸ ਦੇ ਨਾਂ ਦਾ ਬਹੁਤ ਜ਼ੋਰਦਾਰ। ਪਿਛਲੇ ਸਾਲ ਵੀ ਕਹਿੰਦੇ ਮੁੰਡੇ ਇੱਥੋਂ ਬੱਲੇ ਬੱਲੇ ਜਿਹੜੀ ਕਰਵਾ ਕੇ ਗਏ ਨੇ ਤੇ ਟੀਮ ਜਿਹੜੀ ਬਾਲਿਕਾ ਦੀ ਪਹਿਲੇ ਨੰਬਰ ਤੇ ਰਹੀ ਸੀ, ਇਸ ਸਾਲ ਕਹਿੰਦੇ ਚਰਚੇ ਜਿਹੜੇ ਹੋਣਗੇ ਲਓ ਸਾਹਮਣੇ ਕਹਿੰਦੇ ਬੱਲੇ ਬੱਲੇ ਹੁੰਦੀ ਹੋਈ ਇੱਕ ਹੋਰ ਨੰਬਰ ਮੁੰਡਿਆਂ ਨੇ ਜੋੜ ਦਿੱਤਾ ਹੈ। ਵਾਪਰੀ ਦੇ ਕਿੰਨੇ ਹੋ ਗਏ? ਠੀਕ ਹੈ 17 ਦੇ 14 ਉਧਰਲੇ ਆਪਣੇ ਆਪ ਨੂੰ ਲਓ 17-14 ਦੀ ਟੱਕਰ ਨੰਬਰ 18 ਦੇ ਜੁੜ ਗਿਆ ਤੇ ਇੱਕ ਅੱਧਾ ਦੇ ਮੁੰਡੇ ਹੈ ਧੱਕੇ ਨਾਲ ਹੀ ਜੋੜ ਦੇਣਗੇ ਇਧਰ ਥੱਲੇ ਚੋਟੀ ਦਾ ਪਲੇਅਰ ਬਣ ਕੇ ਯਾਰ ਬੇਲੀ ਰਿਸ਼ਤੇਦਾਰ ਮਾਨ ਸਾਰੇ ਕਰਦੇ ਹੈ ਤੇ ਗੁਣ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ। ਉਹ ਪੁੱਤ ਜਿੰਨਾ ਬਾਵਾਂ ਦੇ ਪਲੇਅਰ ਬਣਦੇ ਆਪਣੇ ਕਰਮਾਂ ਵੀ ਆ ਪਰ ਜੇ ਆ ਮੈਂ ਦਾ ਸਵਾਦ ਆਇਆ ਨਾ ਬਾਈ ਇੱਕ ਵਾਰੀ ਦੋਨਾਂ ਟੀਮਾਂ ਲਈ ਤਾਰੀ ਜ਼ੋਰਦਾਰ ਮਾਰ ਦੋ ਮੇਰਾ ਵੀਰ ਨੰਬਰ ਤੇ ਲਾਸਟ ਆ ਹਰ ਜਾ ਪਾਸੇ ਜੇ ਨਵਾਬ ਸਿੰਗਲ ਐਂਡ ਸਮੈਸ਼ ਦਾ ਪੁਆਇੰਟ ਲਵੇ ਇੱਕੋ ਹੀ ਪੁਆਇੰਟ $100 ਦਾ। ਠੀਕ ਹੈ ਜੀ ਉਧਰਲੇ ਪਾਸੇ ਜੇ ਮੈਚ ਖੁਰਦ ਵਾਲਾ ਨਵਾਬ ਸਮੈਸ਼ ਮਾਰ ਕੇ ਨੰਬਰ ਲੈਂਦਾ ਹੈ ਤੇ ਭਰਾ ਸਾਡਾ ਨਗ ਸਿੱਧੂ ਕਹਿੰਦਾ ਵੀ 100 ਜਿਹੜੇ ਦਿੱਤੇ ਜਾਣਗੇ ਨਗ ਸਿੱਧੂ ਕੈਲਗਰੀ ਅੱਜ ਕਹਿੰਦੇ ਮਹਿਲਖੁਰ ਦੇ ਨਵਾਬ ਦੀ ਖੇਡ ਦੇ ਮਾਣ ਕਰਦਾ ਭਰਾ ਸਾਡਾ ਬਹਾਦਰਗੜੀ ਰਵੀ ਦੇ ਵੀ ਮਾਣ ਸਨਮਾਨ ਕਹਿੰਦੇ ਵੱਡੇ ਜਿਹੜੇ ਕੀਤੇ ਜਾਣਗੇ ਹੁੰਦਿਆਂ ਜਿਹਦੇ ਪੇਲਾ ਜਾਂਦਾ ਨਾ ਨਾਗ ਦਾ ਤੇ ਨਾਲ ਫਿਰ ਕੁੰਡਲੀ ਮਾਰ ਕੇ ਬਹਿੰਦਾ ਉਹਦੇ ਉਹ ਕਹਿੰਦੇ ਗੱਲ ਹੈ ਮੇਰੇ ਮਿੱਤਰੋ ਸੱਜੀ ਦੇ ਪੱਕੀ ਹੈ ਪਹਿਲਾਂ ਕਾਸਕੋ ਕ੍ਰੇਡ ਦੀ ਟੀਮ ਨੂੰ ਫੱਡੇ ਥਾਪੜੇ ਲਾਏ ਉਹ ਕਹਿੰਦੇ ਅੱਜ ਕੱਲ੍ਹ ਬਾਲੀਵਾਲ ਵਾਲੇ ਮੁੰਡਿਆਂ ਦਾ ਵੀਰ ਕਹਿੰਦਾ ਮਾਰ ਵਧਾਉਣਾ ਆਪਾਂ ਕਹਿੰਦੇ ਗੱਲਬਾਤ ਹੈ ਉਹ ਮੁੰਡੇ ਦੇ ਵੀ ਕਹਿੰਦੇ ਜੇਕਰ ਹੁੰਦਾ ਵੀ ਕੋਈ ਨਾ ਕੋਈ ਤੇ ਖੂਬੀ ਹੋਣੀ ਆ ਜ਼ਰੂਰ ਐਵੇਂ ਧਾਰੀ ਲੋਕੀ ਸਾਨੂੰ ਕਰਦੇ ਸਲਾਮਾ ਉਧਰ 14 ਇੱਧਰ 18 ਇੱਕ ਅੱਧਾ ਜੇ ਉੱਧਰ ਜੁੜ ਗਿਆ ਨਾ ਸਵਾਦ ਫਿਰ ਵੀ ਪੂਰਾ ਹੀ ਆ ਜੂਗਾ ਸਹਿਜ ਇੱਧਰ ਕਹਿੰਦੇ ਤਿੰਨ ਦੇ
9 ਤੇਤਰਲੇ ਪਾਸੇ ਨੰਬਰ ਲਾਸਟ ਹੈ ਜੀ 9 ਤੇਤਰਲੇ ਪਾਸੇ ਨੰਬਰ ਰਾਏਕੋਟ ਦੀ ਟੀਮ ਦਾ ਨੰਬਰ ਜਿਹੜਾ ਕਹਿੰਦੇ ਲਾਸਟ ਹੈ ਇੱਕ ਪਾਸੇ ਰਾਮਕੋਟ ਵਾਲੇ ਬੁੱਢੇ ਇੱਕ ਪਾਸੇ ਰਾਏਕੋਟ ਦੀ ਟੀਮ ਹੈ ਦੋਵਾਂ ਟੀਮਾਂ ਦਾ ਪਰ ਰਾਮਕੋਟ ਵਾਲਿਆ ਫਰਕ ਕਹਿੰਦੇ ਵੱਡਾ ਪੈ ਗਿਆ ਹੈ ਫਰਕ ਨੂੰ ਕਹਿੰਦੇ ਘਟਾਉਣਾ ਪੈਣਾ ਜਾਂ ਕਹਿੰਦੇ ਪੰਜਾਬ ਵਾਲੇ ਨੂੰ ਜਿਹਨੂੰ ਕਹਿੰਦੇ ਅੱਜ ਧਾਰਾ ਵਗਿਆ ਤੇ ਗੱਲਾਂ ਬਾਤਾਂ ਕਹਿੰਦੇ ਖੁੜ ਗਈਆਂ ਨੰਬਰ ਜਿਹੜੇ ਕਹਿੰਦੇ ਮਿੱਤਰਾਂ ਜੋੜਨੇ ਪੈਣੇ ਆ ਵੀ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਵਹਿੜ ਗੰਨ ਗੌਰ ਦਾ ਕਰੀ ਕਦੇ ਮੇੜ ਰੱਪਾ ਦਿੱਲੀ ਤੇ ਲਾਹੌਰ ਦਾ ਉਹ ਕਰੀ ਕਦੇ ਮੇੜ ਰੱਪਾ ਦਿੱਲੀ ਤੇ ਲਾਹੌਰ ਦਾ ਮੈਂ ਜਦਰਲੇ ਪਾਸੇ ਕਦੇ ਦੋ ਨੰਬਰ ਗਰਾਊਂਡ ਦਾ ਸਿਰੇ ਦਾ ਟੱਕਰ ਕਦੇ ਸਿਰੇ ਦੀ ਜਿਹੜੀ ਖੇਡੀ ਜਾ ਰਹੀ ਹੈ ਲੈ ਵੀ ਮੱਖਣ ਨੰਬਰ ਕੋਈ ਜੋੜਿਆ ਨੀ ਚੁੱਪ ਚਪੀਤਾ ਜਾ ਖੜਾ ਜੇ ਬਾਲ ਲਾਵੇ ਤੇ ਗੱਲ ਮਿੱਤਰਾ ਫੇਰ ਬਣਨੀ ਹੈ ਦੁਨੀਆਂ ਆਸੇ ਪਾਸੇ ਤੱਕਦੀ ਹੈ ਬੱਲੇ 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 ਨੰਬਰ ਵੱਧ ਗਿਆ ਮੈਨੂੰ ਐ ਕਿਉਂ ਲੱਗਦਾ ਲੋਕੋ ਵੀ ਬਿੱਲਾ ਡਿੱਗੂਗਾ ਤੰਦੂਰ ਚ ਉਹ ਬਿੱਲਾ ਡਿੱਗਣਾ ਤੰਦੂਰ ਚ ਖਾਂਦਾ ਫਿਰਦਾ ਗੇੜੇ ਦੇ ਇੱਕ ਹੋਰ ਵੱਧ ਗਿਆ ਇਹ ਵੀ 15 ਹੋਈ ਠੀਕ ਹੈ ਜੀ 15 ਤੇ 18 ਮੈਚ ਇੱਕ ਨੰਬਰ ਗਰਾਊਂਡ ਦਾ ਵੀ ਬਹੁਤ ਵਧੀਆ ਕਾਲੀਅਲ ਦੀ ਟੀਮ ਨੇ ਕਹਿੰਦੇ ਸਾਈਡਾਂ ਚੇਂਜ ਕੀਤੀਆਂ ਮੈਨੂੰ ਲੱਗਦਾ ਹੈ ਮੈਂ ਵੀ ਕਿੰਨੇ ਕਿੰਨੇ ਸਰ ਨਹੀਂ 9 3 ਠੀਕ ਹੈ ਜੀ ਗੱਲਾਂ ਬਾਤਾਂ ਵੱਡੀਆਂ ਹੁੰਦੀਆਂ ਨੇ ਵੱਡੀ ਜਿਹੜੀ ਕਦੇ ਮਿਹਨਤ ਹੈ ਇਹ ਵੀ ਮੁੰਡੇ ਕਦੇ ਛੋਟੀ ਉਮਰ ਚ ਵੱਡੇ ਵੱਡੇ ਖੇਡ ਮੇਲੇ ਜਿਹੜੇ ਜਿੱਤੀ ਬੈਠੇ ਆ ਇਧਰਲੇ ਪਾਸੇ ਬੱਲੇ ਬੱਲੇ ਜਿਹੜੀ ਕਦੇ ਹੋਈ ਪਈ ਹੈ ਇੱਕ ਪਾਸੇ ਸਰਾਲੀ ਪਿੰਡ ਦਾ ਮੌਲਕ ਹਾਲੇ ਕੋਈ ਨੰਬਰ ਬੱਚਾ ਜੋੜਿਆ ਨੀ ਗੱਲਬਾਤ ਜਿਹੜੀ ਕਦੇ ਲਾਉਣੀ ਪੈਣੀ ਹੈ ਟਿਕਾਣੇ ਬਹਾਦਰ ਗੜੀਆ ਰਵੀ ਹੈ ਸੈਂਟਰ ਚ ਇਧਰਲੇ ਪਾਸੇ ਵਿਕਾਸ ਹੈ ਇੱਕ ਪਾਸੇ ਮਹਿਲ ਖੁਰਦ ਬਾਲਾ ਭਰਿਆ ਪੀਤਾ ਫਿਰਦਾ ਦੇ ਉਹ ਪਿਛਲੇ ਕਈ ਮਹਿਲ ਖੁਰਦ ਵਾਲੇ ਨਵਾਬ ਤੇ ਹੁੰਦੀ ਹੈ ਵੀ ਆਹ ਮੁੰਡਾ ਕਹਿੰਦੇ ਅੱਜ ਕੱਲ ਚਰਚਾ ਦਾ ਵਿਸ਼ਾ ਖੇੜੇ ਵਾਲੇ ਮੁੰਡੇ ਆਪਣੇ ਆਪ ਨੂੰ ਬਿਲਕੁਲ ਰੈਡੀ ਕਰ ਲੈਣਗੇ ਦੱਸ ਦਿੰਦਾ ਓਕੇ ਜੀ ਉਧਰਲੇ ਪਾਸੇ ਨੰਬਰ ਲਾਸਟ ਜਿਹੜਾ ਕਦੇ ਬਾਕੀ ਹੈ ਜਿੱਤਾਂ ਹਾਰਾਂ ਦੇ ਫੈਸਲੇ ਜਿਹੜੇ ਕਦੇ ਹੋ ਜਾਣੇ ਆ ਉਧਰਲੇ ਪਾਸੇ ਵੀ ਮੁੰਡੇ ਉੱਡੇ ਫਿਰਦੇ ਆ ਇੱਕ ਪਾਸੇ ਪੰਜਾਬ ਵਾਲਾ ਸੁਧੀਰ ਖੇਡਦਾ ਹੈ ਤੇ ਇੱਕ ਪਾਸੇ ਕਦੇ ਰਾਮਕੋਟ ਵਾਲਾ ਸੁਰੇਸ਼ ਜਿੱਤ ਕੇ ਅੰਤ ਨੂੰ ਹਾਰੀਆਂ ਉਹ ਗੱਲ ਕਹਿੰਦੇ ਸੱਚੀ ਹੋ ਗਈ ਹੈ ਲੈ ਵੀ ਤੋਂ ਜਿੱਤ ਗਏ ਮੁੰਡੇ ਸੋਨੇ ਕਿਰਨਾ ਮੈਚ ਕਰਾ ਦੋ ਬਾਈ ਲਾਈ ਜਗਵੀਰ ਹੋਣਾ ਦੀ ਡਿਊਟੀ ਆ ਜਾਓ ਮੇਰਾ ਭਰਾ ਬਣ ਗਏ ਰਵੀ।